ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਜਿਹੜੇ ਸਾਡੇ ਦੋ ਵਿਸ਼ੇ ਨੇ, ਪਹਿਲਾ ਵਿਸ਼ੇ ਹੈ ਦ ਕੰਸੈਪਟ ਆਫ ਕ੍ਰੀਏਟਿਵਿਟੀ ਕ੍ਰੀਏਟਿਵਿਟੀ ਅਸਥੈਟਿਕਸ ਐਂਡ ਪਰਸਨੈਲਿਟੀ ਡਿਵੈਲਪਮੈਂਟ, ਜਿਹਨੂੰ ਅਸੀਂ ਪੰਜਾਬੀ ਵਿੱਚ ਗੁਰਬਾਣੀ ਦੀ ਲਾਈਨ ਲਿਖੀ ਹੈ ਕਿ ਤਿੱਥੇ ਗੜੀਏ ਸੁਰਤ ਮਤ ਮਨ ਬੁੱਧ। ਔਰ ਦੂਸਰਾ ਵਿਸ਼ਾ ਚਾਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਵਿੱਚ ਆਦਰਸ਼ਕ ਸਮਾਜ ਦਾ, ਦ ਕੰਸੈਪਟ ਆਫ ਸੋਸ਼ਲ ਮਾਡਲ ਇਨ ਗੁਰੂ ਗ੍ਰੰਥ ਸਾਹਿਬ। ਅੱਜ ਜਦੋਂ ਦੁਨੀਆ 21ਵੀਂ ਸੈਂਚਰੀ 'ਚ ਅਸੀਂ ਵਿਚਰ ਰਹੇ ਹਾਂ, ਗਲੋਬਲ ਵਿਲੇਜ ਦਾ ਰੂਪ ਧਾਰਨ ਕਰ ਚੁੱਕੀ ਹੈ ਇਹ ਦੁਨੀਆ, ਤਾਂ ਸਾਨੂੰ ਕੌਮੀ ਤੌਰ 'ਤੇ ਇਹ ਵਿਚਾਰ ਕਰਨਾ ਪਏਗਾ, ਚਿੰਤਨ ਕਰਨਾ ਪਏਗਾ ਸਿਰ ਨੀਵਾਂ ਕਰਕੇ। ਜ਼ਮਾਨਾ ਬਦਲ ਗਿਆ, ਮਾਹੌਲ ਬਦਲ ਗਿਆ, ਜ਼ਿੰਦਗੀਆਂ ਬਦਲ ਗਈਆਂ ਨੇ, ਸਮਾਜ ਬਦਲ ਗਿਆ, ਵਕਤ ਬਦਲ ਗਿਆ, ਦੇਸ਼ਾਂ ਨੂੰ, ਸਮਾਜਾਂ ਨੂੰ, ਕੌਮਾਂ ਨੂੰ ਅੱਗੇ ਵਧਣ ਦੀ ਗੱਲ ਆਮ ਹੁੰਦੀ ਹੈ, ਪਰ ਸਿਆਣੇ ਕਹਿੰਦੇ ਨੇ ਕਿ ਕਦੀ ਰੁਕ ਕੇ ਚਿੰਤਨ ਕਰ ਲੈਣਾ ਚਾਹੀਦਾ ਕਿ ਅੱਜ ਸਾਨੂੰ ਇਸ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਆਪਣੇ ਆਪ ਨੂੰ ਔਰ ਆਪਣੇ ਬੱਚਿਆਂ ਨੂੰ, ਨੌਜਵਾਨਾਂ ਨੂੰ ਕਿਸ ਤਰ੍ਹਾਂ ਢਾਲਣਾ ਚਾਹੀਦਾ। ਅੱਜ ਜ਼ਮਾਨਾ ਹੈ ਸਪੈਸ਼ਲਾਈਜੇਸ਼ਨ ਦਾ, ਆਰਟ ਦਾ, ਅਤੇ ਮੈਂ ਸੱਚ ਕਹਾਂ ਕਿ ਸਿੱਖਾਂ ਵਿੱਚ ਆਰਟ ਵਿਕਸਿਤ ਨਹੀਂ ਹੋਇਆ। ਆਰਟ ਦੇਖਣ ਦੀ ਆਦਤ ਪਵੇਗੀ ਤਦ ਆਰਟ ਆਏਗਾ। ਤਾਂ ਅਸੀਂ ਜਿਹੜਾ ਇਹ ਸਬਜੈਕਟ ਰੱਖਿਆ ਉਹਦਾ ਕਾਰਨ ਇੱਕੋ ਹੀ ਸੀ ਕਿ ਸਾਡੀ ਸੋਚ ਇਹ ਸੀ ਕਿ ਹੁਣ ਵਿਖਾਵੇ ਨਾਲ, ਗੱਲਾਂ ਨਾਲ ਅਸੀਂ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ, ਸਿਰਫ ਅਤੇ ਸਿਰਫ ਆਪਣੀਆਂ ਕੁਆਲਿਟੀਜ਼ ਨਾਲ, ਨੌਲੇਜ ਨਾਲ, ਗੁੱਡ ਕਰੈਕਟਰ ਨਾਲ, ਗੁੱਡ ਪਰਸਨੈਲਿਟੀ ਨਾਲ, ਆਪਣੀ ਚੰਗੀ ਰਹਿਣੀ ਬਹਿਣੀ ਨਾਲ ਅਸੀਂ ਦੂਸਰਿਆਂ ਤੱਕ ਜਾਂ ਦੂਸਰਿਆਂ ਦੇ ਦਿਲਾਂ ਤੱਕ ਪਹੁੰਚ ਸਕਦੇ ਹਾਂ। ਮੈਂ ਅਗਰ ਆਪਣੀ ਕੌਮੀ ਗੱਲ ਕਰਾਂ ਤਾਂ ਵੀ ਬਿਲੋਂਗ ਟੂ ਏ ਮਿਨੋਰਟੀ ਕਮਿਊਨਿਟੀ, ਘੱਟ ਗਿਣਤੀ ਕੌਮਾਂ ਦੇ ਨਾਲ ਅਸੀਂ ਸੰਬੰਧਿਤ ਹਾਂ। ਅਤੇ ਜੇ ਅਸੀਂ ਪੈਸੇ ਦੀ ਗੱਲ ਕਰੀਏ ਤਾਂ ਦੂਸਰੀਆਂ ਕੌਮਾਂ ਦੇ ਮੁਕਾਬਲੇ ਅਸੀਂ ਕਿੱਥੇ ਵੀ ਨਹੀਂ ਹਾਂ। ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਦੂਸਰੀਆਂ ਕੌਮਾਂ ਦੇ ਹਿਸਾਬ ਨਾਲ ਅਸੀਂ ਐਜੂਕੇਸ਼ਨ ਵਿੱਚ ਵੀ ਕਿੱਥੇ ਵੀ ਨਹੀਂ ਹਾਂ। ਗਿਣਤੀ ਵਿੱਚ ਤਾਂ ਮੈਂ ਪਹਿਲਾਂ ਹੀ ਕਹਿ ਦਿੱਤਾ ਅਸੀਂ ਘੱਟ ਹਾਂ। ਤਾਂ ਫਿਰ ਮੈਂ ਕਿੱਥੇ ਪੜ੍ਹ ਰਿਹਾ ਸੀ, ਉਹ ਕਹਿੰਦੇ ਕਿ ਜੀ ਮਿਨੋਰਟੀ ਸ਼ੁੱਡ ਲਰਨ ਟੂ ਲਿਵ, ਘੱਟ ਗਿਣਤੀ ਕੌਮਾਂ ਨੂੰ ਆਪਣੀ ਜ਼ਿੰਦਗੀ ਸਿੱਖਣੀ ਪਏਗੀ ਕਿਵੇਂ ਬਿਤਾਉਣੀ ਹੈ। ਔਰ ਉਹ ਤਾਂ ਇੱਕੋ ਔਰ ਕੇਵਲ ਇੱਕੋ ਕਿ ਕੁਆਲਿਟੀਜ਼ ਨਾਲ, ਆਪਣੀ ਪਰਸਨੈਲਿਟੀ ਨਾਲ, ਆਪਣੇ ਚੰਗੇ ਵਿਵਹਾਰ ਨਾਲ ਅਸੀਂ ਸਰਵਾਈਵ ਕਰ ਸਕਦੇ ਹਾਂ ਆਪਣੇ ਆਪ ਨੂੰ। ਔਰ ਜਿਹੜਾ ਸਾਡਾ ਅੱਜ ਦੀ ਵਿਵਸਥਾ ਹੈ, ਅਸੀਂ ਆਸ ਪਾਸ ਜਦੋਂ ਦੇਖਦੇ ਹਾਂ, ਵਿਵਧਤਾ ਅਤੇ ਵਿਦਵਾਨਾਂ ਨਾਲੋਂ ਅਨਪੜ੍ਹ ਪਰ ਅਮੀਰ ਬੰਦਿਆਂ ਦੀ ਜਿਹੜੀ ਸਾਡੇ ਸਮਾਜ ਵਿੱਚ ਇੱਜ਼ਤ ਜ਼ਿਆਦਾ ਹੈ, ਤਾਂ ਸਾਨੂੰ ਇਸ ਸਿਸਟਮ ਨੂੰ ਅਗਰ ਚੇਂਜ ਕਰਨਾ ਹੈ ਤਾਂ ਸਾਨੂੰ ਸਾਡੇ ਬੱਚਿਆਂ ਨੂੰ, ਨੌਜਵਾਨਾਂ ਨੂੰ, ਸਾਨੂੰ ਆਪ ਨੂੰ ਕੁਛ ਨਾ ਕੁਛ ਚੇਂਜ ਲਿਆਉਣਾ ਪਏਗਾ। ਔਰ ਸਾਡੇ ਕੋਲ ਕਿਤਨਾ ਵੱਡਾ ਵਿਰਸਾ ਹੈ, ਜ਼ਰਾ ਉਸ ਵਿਰਸੇ ਨੂੰ ਅਸੀਂ, ਸਾਡੀ ਇੱਥੇ ਕੋਸ਼ਿਸ਼ ਵੀ ਇਹੀ ਹੈ ਕਿ ਆਪਣੇ ਵਿਰਸੇ ਨੂੰ, ਆਪਣੇ ਇੰਨੇ ਵੱਡੇ ਖਜ਼ਾਨੇ ਨੂੰ ਅਸੀਂ ਕਦੀ ਖੋਲ੍ਹ ਕੇ ਦੇਖੀਏ। ਸਿੱਖਾਂ ਵਿੱਚ ਗਿਆਨ ਦੀ ਮਹਿਮਾ ਦਾ ਬੜਾ ਗੁਣਗਾਨ ਹੈ ਸਿੱਖੀ ਵਿੱਚ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਅਗਰ ਆਪਾਂ ਇਤਿਹਾਸਕ ਤੌਰ 'ਤੇ ਦੇਖੀਏ, ਉਹ ਬੜੇ ਵਿੱਦਿਆ ਪ੍ਰੇਮੀ ਸੀ, ਨੌਲੇਜ ਦੇ, ਐਜੂਕੇਸ਼ਨ ਦੇ। ਮੈਂ ਬੜੀ ਵਾਰ ਕਹਿੰਦਾ ਕਿ ਜਦੋਂ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸਨ ਡਾਕਟਰ ਜਸਵੰਤ ਸਿੰਘ ਜੀ, ਕਿ ਜਦੋਂ ਅਸੀਂ ਗੁਰੂਆਂ ਦੀ ਗੱਲ ਕਰਦੇ ਹਾਂ, ਜੇ ਪੰਚਮ ਪਾਤਸ਼ਾਹ ਦੀ ਗੱਲ ਕਰਦੇ ਹਾਂ ਤਾਂ ਤੱਤੀ ਤਵੀਆਂ ਜਾਂ ਸ਼ਹੀਦੀ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਕਰਦੇ ਹਾਂ ਤਾਂ ਅਸੀਂ ਅੰਮ੍ਰਿਤ ਦੀ ਗੱਲ ਜਾਂ ਜਿਹੜੀਆਂ ਲੜਾਈਆਂ ਦੀਆਂ ਗੱਲਾਂ ਨੇ। ਲੇਕਿਨ ਕਦੀ ਧਿਆਨ ਨਾਲ ਪੜ੍ਹੋ ਤਾਂ ਪਤਾ ਲੱਗੇ ਕਿ ਜਿਤਨਾ ਲਿਟਰੇਚਰ, ਜਿਤਨਾ ਪੜ੍ਹਾਈ ਲਿਖਾਈ ਦਾ ਕੰਮ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ, ਟਨਾਂ ਦੇ ਟਨ ਲਿਟਰੇਚਰ ਜਿਹੜਾ ਉਹ ਜਦੋਂ ਸਰਸਾ ਨਦੀ ਦੇ ਵਿੱਚ ਬਹਿ ਗਿਆ ਸੀ, ਇਹ ਪੁੰਟਾ ਸਾਹਿਬ। ਮੈਂ ਇੱਥੇ ਗੱਲ ਕੀਤੀ ਸੀ ਨਾ ਕਿ ਕਦੀ ਕਿਸੇ ਦੀ ਗੁਰੂ ਦੀ ਕਲਮ ਜਾਂ ਦਵਾਤ ਵੀ ਅਸੀਂ ਸੰਭਾਲੀ ਹੈ, ਤਾਂ ਉਹ ਇੱਥੋਂ ਕੁਛ ਇੱਕ ਦੋ ਸਟੂਡੈਂਟ ਸੀ, ਕੱਲ੍ਹ ਪੁੰਟਾ ਸਾਹਿਬ, ਪਰਸੋਂ ਪੁੰਟਾ ਸਾਹਿਬ ਤੋਂ ਮੈਨੂੰ ਫੋਨ ਆਇਆ, ਜੀ ਉਹ ਕਲਮ ਉੱਥੇ ਪਈ ਹੋਈ ਹੈ।
ਪਰ ਉਹ ਕਹਿੰਦਾ ਕਿ ਮੈਂ ਇੱਥੇ 25 ਵਾਰ ਆਇਆ ਪਰ ਮੈਂ 24 ਵਾਰ ਕਦੀ ਧਿਆਨ ਨਹੀਂ ਦਿੱਤਾ, ਐਤਕੀ ਮੈਂ ਪੁੱਛਿਆ। ਉਹ ਕਲਮ ਉੱਥੇ ਪਈ ਹੋਈ ਹੈ। ਬਸ ਮੈਂ ਸਮਝਦਾ ਕਿ ਸਾਡੀ ਕਲਾਸ ਦੀ ਇਹੀ ਇੱਕ ਹੋ ਗਈ ਹੈ ਕਿ ਚੱਲ ਇੰਨੀ ਅਵੇਅਰਨੈਸ ਆਈ। ਤੋ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਕਰ ਰਿਹਾ ਸੀ ਕਿ ਉਹਨਾਂ ਨੇ ਕੁਝ ਸਿਆਣੇ ਸਿੱਖਾਂ ਨੂੰ ਬਨਾਰਸ 'ਚ ਵਿੱਦਿਆ ਪ੍ਰਾਪਤ ਕਰਨ ਲਈ ਭੇਜਿਆ ਸੀ। ਕਾਰਨ ਇਹੀ ਸੀ ਕਿ ਸਿਰਫ ਆਪਣਾ ਗਿਆਨ ਤਾਂ ਲੈਣਾ ਹੀ ਲੈਣਾ, ਦੂਸਰੇ ਮਜ਼ਹਬਾਂ ਦਾ, ਦੂਸਰੇ ਧਰਮਾਂ ਦਾ, ਅੱਜ ਦੁਨੀਆ ਕਿੱਥੇ ਜਾ ਰਹੀ ਹੈ ਸਾਨੂੰ ਸਭ ਪਤਾ ਹੋਣਾ ਚਾਹੀਦਾ, ਸਾਡੇ ਬੱਚਿਆਂ ਨੂੰ, ਸਾਡੇ ਨੌਜਵਾਨਾਂ ਨੂੰ। ਤੋ ਅੱਜ ਜਿਸ ਸ਼ਰਧਾ ਦਾ ਸਿੱਖੀ ਵਿੱਚ ਵਿਕਾਸ ਹੋ ਰਿਹਾ, ਉਸ ਦਾ ਗਿਆਨ ਨਾਲ ਕੋਈ ਮੈਂ ਬਹੁਤਾ ਸਮਝਦਾ ਕਿ ਤਾਲਮੇਲ ਹੈ ਨਹੀਂ। ਤੋ ਇਸ ਲਈ ਸਾਡੀ ਇਹ ਕੋਸ਼ਿਸ਼ ਹੋਈ ਕਿ ਅਸੀਂ ਇਹ ਇਸ ਤਰ੍ਹਾਂ ਦੇ ਟੋਪਿਕਸ ਰੱਖੀਏ ਕਿ ਪਰਸਨੈਲਿਟੀ ਡਿਵੈਲਪਮੈਂਟ ਇਨ ਗੁਰੂ ਗ੍ਰੰਥ ਸਾਹਿਬ ਅਸੀਂ ਬੱਚਿਆਂ ਨੂੰ ਦੱਸੀਏ। ਇਹ ਲਾਈਨ ਹੈ ਨਾ, ਗੜੀਏ ਸੁਰਤ ਮਤ ਮਨ ਬੁੱਧ, ਕਿ ਜੇ ਤੁਸੀਂ ਆਪਣੀ ਮਨ ਨੂੰ, ਸੁਰਤ ਨੂੰ, ਮਤ ਨੂੰ, ਬੁੱਧ ਨੂੰ, ਇਹਨੂੰ ਮੋਲਡ ਕਰੋ ਥੋੜ੍ਹਾ ਜਿਹਾ, ਤਾਂ ਤੁਸੀਂ ਇੱਕ ਸਮਾਜ ਦੇ ਵਿੱਚ, ਆਪਣੀ ਕੌਮ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਕਾਇਮ ਕਰ ਸਕਦੇ ਹੋ। ਤਾਂ ਇਹੀ ਸਾਡਾ ਅੱਜ ਦਾ ਜਿਹੜਾ ਇਹ ਟੋਪਿਕ ਹੈ। ਡਾਕਟਰ ਜਸਵੰਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਉਣ। ਪਰਮ ਸਤਿਕਾਰਯੋਗ ਚੇਅਰਮੈਨ ਸਾਹਿਬ ਅਤੇ ਹਾਜ਼ਰ ਸਾਰੇ ਹੀ ਮੇਰੇ ਵੀਰ ਅਤੇ ਭੈਣਾਂ, ਸਭ ਤੋਂ ਪਹਿਲਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਟੋਪਿਕ ਹੈ ਪਰਸਨੈਲਿਟੀ ਡਿਵੈਲਪਮੈਂਟ। ਬੇਨਤੀ ਹੈ ਕਿ ਸਾਰੇ ਹੀ ਆਪੋ ਆਪਣੇ ਮੋਬਾਈਲ ਫੋਨਸ ਸਾਇਲੈਂਟ ਮੋਡ 'ਤੇ ਕਰ ਦਿਓ ਜੀ। ਪਰਸਨੈਲਿਟੀ ਡਿਵੈਲਪਮੈਂਟ 'ਤੇ ਜੇਕਰ ਆਪਾਂ ਧਿਆਨ ਨਾਲ ਕਦੀ ਜਪਜੀ ਸਾਹਿਬ ਦਾ ਪਾਠ ਕੀਤਾ ਹੋਵੇਗਾ ਤਾਂ ਇਹ ਜਿਹੜੀ ਪੌੜੀ ਹੈ ਨਾ, ਸ਼੍ਰਮ ਖੰਡ ਕੀ ਬਾਣੀ ਰੂਪ, ਸਾਡੇ ਵਿੱਚ ਅਕਸਰ ਜਿਵੇਂ ਵੀਰ ਜੀ ਨੇ ਕਿਹਾ ਨਾ, ਗਿਆਨ ਵਿਜ਼ਡਮ ਵਾਲੀ ਗੱਲ ਘਟਦੀ ਜਾ ਰਹੀ ਹੈ, ਇਹ ਸੱਚ ਹੈ। ਅਤੇ ਗੁਰਬਾਣੀ ਵਿਜ਼ਡਮ, ਡਿਵਾਈਨ ਵਿਜ਼ਡਮ ਦਾ ਖਜ਼ਾਨਾ ਹੈ। ਪਾਠ ਕਰਨ ਦਾ ਇੱਕ ਮਕਸਦ ਇਹ ਵੀ ਹੈ ਵੀ ਉਸ ਡਿਵਾਈਨ ਵਿਜ਼ਡਮ, ਜਿਹੜੀ ਗੁਰੂਆਂ ਦੀ ਡਿਵਾਈਨ ਵਿਜ਼ਡਮ ਹੈ, ਭਗਤਾਂ ਦੀ ਡਿਵਾਈਨ ਵਿਜ਼ਡਮ ਹੈ, ਉੱਥੋਂ ਤੱਕ ਸਾਡੀ ਪਹੁੰਚ ਹੋਵੇ, ਸਾਨੂੰ ਪਤਾ ਲੱਗੇ, ਉਹਦੀ ਸਮਝ ਆਵੇ, ਸਾਡਾ ਮਨ ਉਹਨੂੰ ਗ੍ਰਾਸਪ ਕਰੇ, ਸਾਡੀ ਜ਼ਿੰਦਗੀ ਨੂੰ, ਲਾਈਫ ਨੂੰ ਇੱਕ ਡਾਇਰੈਕਸ਼ਨ ਮਿਲੇ, ਗਾਈਡੈਂਸ ਮਿਲੇ ਉੱਥੋਂ। ਕਿਉਂਕਿ ਜੇ ਪਿੱਛੇ ਜਾਓ, ਗੁਰੂ ਨਾਨਕ ਸਾਹਿਬ ਪਾਤਸ਼ਾਹ ਹਜ਼ੂਰ ਜੋਗੀਆਂ ਨਾਲ ਜਦੋਂ ਗੱਲ ਕਰਦੇ ਨੇ, ਬਹੁਤ ਖੂਬਸੂਰਤ ਗੱਲ ਹੈ। ਅਤੇ ਅਸੀਂ ਕਈ ਵਾਰ ਸੋਚਦੇ ਵੀ ਸ਼ਾਇਦ ਅਸੀਂ ਸਮਝਿਆ ਨਹੀਂ, ਸਿੱਖਾਂ ਨੂੰ ਸਮਝ ਨਹੀਂ ਆਈ ਵੀ ਤੁਹਾਡਾ ਬਾਬਾ, ਤੁਹਾਡਾ ਫਾਊਂਡਰ ਗੁਰੂ 500 ਸਾਲ ਪਹਿਲਾਂ ਉਹ ਗੱਲ ਕਰ ਰਿਹਾ ਹੈ ਜਿਹੜਾ ਵੈਸਟਰਨ ਵਰਲਡ ਨੇ ਅੱਜ ਤੋਂ ਸਿਰਫ 200 ਸਾਲ ਪਹਿਲਾਂ ਸ਼ੁਰੂ ਕੀਤੀ ਹੈ। ਜਿਸ ਗੱਲ ਦੀ ਗੱਲ ਅੱਜ ਹੋ ਰਹੀ ਨਾ ਦੁਨੀਆ ਦੇ ਵਿੱਚ, ਹਿੰਦੁਸਤਾਨ ਵਿੱਚ, ਉਹ ਤੁਹਾਡੇ ਗੁਰੂ ਨਾਨਕ ਸਾਹਿਬ 500 ਸਾਲ ਪਹਿਲਾਂ ਕਰ ਗਏ। ਕੀ ਸੀ ਉਹ? ਗੁਰੂ ਕੌਣ ਹੈ? ਮਨੁੱਖ ਦਾ ਗੁਰੂ ਕੌਣ ਹੋ ਸਕਦਾ ਹੈ? ਜੋਗੀਆਂ ਦਾ ਸਵਾਲ ਸੀ, ਤੁਹਾਡਾ ਗੁਰੂ ਕੌਣ ਹੈ ਜੀ? ਅਤੇ ਗੁਰੂ ਪਾਤਸ਼ਾਹ ਹਜ਼ੂਰ ਨੇ ਬਹੁਤ ਹੀ ਸੁੰਦਰ ਜਵਾਬ ਸੀ ਉਹਦਾ, ਸ਼ਬਦ ਗੁਰੂ। ਸ਼ਬਦ ਨੂੰ ਸਿੰਪਲ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਨਾ ਹੋਵੇ, ਬਣਦਾ ਡਿਵਾਈਨ ਵਿਜ਼ਡਮ, ਦੀ ਵਰਡ। ਅਤੇ ਇਹ ਦੁਨੀਆ ਵਿੱਚ ਜੋ ਕੁਛ ਤੁਸੀਂ ਵੇਖ ਰਹੇ ਹੋ, ਜਿੰਨੀ ਡਿਵੈਲਪਮੈਂਟ ਹੋਈ ਹੈ, ਇਹ ਸਾਰੀ ਵਰਲਡ ਦੀ ਡਿਵੈਲਪਮੈਂਟ ਉੱਥੋਂ ਨਿਕਲੀ, ਵੱਡੇ ਤੋਂ ਵੱਡਾ ਸਾਇੰਟਿਸਟ ਅਤੇ ਫਿਲਾਸਫਰ ਵਟਸ ਐਵਰ। ਦੂਜੀ ਗੱਲ ਕਹੀ ਸੀ, ਇਸ ਸ਼ਬਦ ਦਾ ਚੇਲਾ ਕੌਣ ਹੋਏਗਾ? ਇਹ ਉਦੋਂ ਵੀ ਇੰਪੋਰਟੈਂਟ ਗੱਲ ਸੀ। ਕੌਣ ਸੀ ਚੇਲਾ? ਸ਼ਬਦ ਗੁਰੂ, ਸੁਰਤ ਧੰਨ ਚੇਲਾ। ਇਹ ਗੱਲ ਜਿਸ ਬੰਦੇ ਦੀ ਸਮਝ ਆ ਗਈ ਨਾ, ਉਹਨੂੰ ਸਮਝੋ ਸਭ ਕੁਛ ਮਿਲ ਗਿਆ ਜ਼ਿੰਦਗੀ ਵਿੱਚ। ਕਿਉਂਕਿ ਗੁਰੂ ਦਾ ਮਿਲਣ ਦਾ ਮਤਲਬ ਹੀ ਹੈ ਯੂ ਆਰ ਸੈਲਫ ਗਾਈਡਡ ਨਾਓ, ਯੂ ਆਰ ਐਨਲਾਈਟਨਡ ਨਾਓ, ਯੂ ਹੈਵ ਬਿਕਮ ਡਿਵਾਈਨਲੀ ਵਿਜ਼ਡਮ ਵਾਈਜ਼ ਨਾਓ। ਗੁਰੂ ਦਾ ਤਾਂ ਮਤਲਬ ਹੀ ਹੈ ਨਾ, ਗੁਰੂ ਜੀ ਨੂੰ ਮਿਲ ਗਿਆ ਵੀ ਉਹ ਗਾਈਡਡ ਹੋ ਗਿਆ ਹੁਣ। ਅਤੇ ਉਹ ਤਾਂ ਹੀ ਹੈ ਜੀ, ਇਹ ਵਿਜ਼ਡਮ ਵਾਲੀ ਜਿਹੜੀ ਗੱਲ ਸੀ, ਸ਼ਬਦ ਵਾਲੀ ਗੱਲ ਸੀ, ਉਹ ਸਾਡੀ ਸਮਝ ਵਿੱਚ ਆਵੇ। ਸੋ ਇਹ ਜਪਜੀ ਸਾਹਿਬ ਦੀ ਪੌੜੀ ਕਹਿੰਦੀ ਹੈ ਸ਼੍ਰਮ ਖੰਡ ਕੀ ਬਾਣੀ ਰੂਪ। ਸ਼੍ਰਮ ਖੰਡ, ਸ਼੍ਰਮ ਹੁੰਦਾ ਮਿਹਨਤ ਕਰਨੀ, ਐਫਰਟ, ਉੱਦਮ, ਵੀ ਮਿਹਨਤ ਕਰਨੀ ਹੈ ਇੱਥੇ ਜ਼ਿੰਦਗੀ ਵਿੱਚ, ਲਾਈਫ ਵਿੱਚ।
ਪਰ ਅਸੀਂ ਜਦੋਂ ਇਸ ਬਾਣੀ ਨੂੰ ਥੋੜ੍ਹਾ ਵਿਚਾਰਿਆ, ਮਨ ਵਿੱਚ ਸਮਝ ਆਈ ਵੀ ਗੱਲ ਤਾਂ ਹੋ ਰਹੀ ਐਫਰਟ ਦੀ, ਹਿੰਮਤ ਦੀ, ਮਿਹਨਤ ਦੀ, ਹਾਰਡਵਰਕ ਦੀ। ਇਹ ਹੁੰਦਾ ਸ਼੍ਰਮ, ਪਰਿਸ਼ਰਮ, ਹਿੰਦੀ ਸੰਸਕ੍ਰਿਤ 'ਚ ਆਪਾਂ ਇਹ ਸ਼ਬਦ ਵਰਤਦੇ ਹਾਂ। ਪਰ ਵੇਖੋ ਗੁਰੂ ਸਾਹਿਬ ਕਿੱਡੀ ਖੂਬਸੂਰਤ ਬਾਤ ਕਰਦੇ ਨੇ, ਉਹ ਹਾਰਡਵਰਕ, ਐਫਰਟ, ਹਿੰਮਤ ਦੀ ਗੱਲ ਕਰਕੇ ਕੀ ਆਉਂਦੇ ਨੇ। ਹੁਣ ਅਸੀਂ ਜਦੋਂ ਹਾਰਡਵਰਕ ਦੀ ਗੱਲ ਕਰਦੇ ਹਾਂ ਤਾਂ ਸਾਡਾ ਮਤਲਬ ਹੈ ਸਿਰਫ ਫਿਜ਼ੀਕਲ ਲੈਵਲ ਦਾ ਹਾਰਡਵਰਕ। ਅਸੀਂ ਕਮਾਈ ਕਰਦੇ ਹਾਂ, ਮਿਹਨਤ ਕਰਦੇ ਹਾਂ, ਘਰ ਵਧੀਆ ਬਣਾ ਲੈਂਦੇ ਹਾਂ, ਗੱਡੀ ਵਧੀਆ ਲੈ ਲੈਂਦੇ ਹਾਂ, ਹੋਰ ਸਾਰਾ ਕੁਝ ਵਧੀਆ ਹੋ ਜਾਂਦਾ ਹੈ, ਫਿਰ ਆਪਣੇ ਸਰੀਰ ਨੂੰ ਵਧੀਆ ਤੋਂ ਵਧੀਆ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਗੁਰੂ ਸਾਹਿਬ ਕੁਛ ਹੋਰ ਕਹਿ ਰਹੇ ਨੇ, ਉਹ ਕਹਿ ਰਹੇ ਨੇ ਵੀ ਇਹ ਤਾਂ ਬਾਹਰ ਦਾ ਰੂਪ ਹੈ, ਇੱਕ ਤੁਹਾਡੇ ਅੰਦਰ ਦਾ ਵੀ ਰੂਪ ਹੈ। ਇੱਥੇ ਉਸ ਰੂਪ ਨੂੰ ਘੜਨ ਦੀ ਗੱਲ ਹੈ। ਉਸ ਅੰਦਰਲੇ ਰੂਪ ਦੇ ਕੀ ਕਿਹੜੇ ਕਿਹੜੇ ਪਾਰਟਸ ਨੇ ਉਹ ਅਗਲੀ ਪੰਕਤੀ 'ਚ ਲਿਖਿਆ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਇਹ ਉਸ ਅੰਦਰਲੇ ਰੂਪ ਦੇ ਇਹ ਪਾਰਟਸ ਨੇ, ਮਨ ਦੇ ਇਹ ਇਹ ਭਾਗ ਨੇ, ਸੁਰਤ ਕਾਨਸ਼ੀਅਸਨੈਸ, ਮਤ ਇੰਟੈਲੈਕਟ, ਮਨ ਇਨਰ ਮਾਇੰਡ, ਅਤੇ ਬੁੱਧ ਜਿਹਨੂੰ ਆਪਾਂ ਸਾਰੇ ਸਮਝਦੇ ਹਾਂ ਇੰਟੈਲੀਜੈਂਸ, ਅੰਡਰਸਟੈਂਡਿੰਗ। ਇਹਨੂੰ ਘੜੋ। ਇਹ ਐਕਚੁਅਲ ਪਰਸਨੈਲਿਟੀ ਡਿਵੈਲਪਮੈਂਟ ਆ, ਇਹ ਐਕਚੁਅਲ ਪਰਸਨੈਲਿਟੀ ਆ। ਇੱਕ ਦੋ ਮੈਂ ਐਗਜ਼ਾਮਪਲਸ ਤੁਹਾਡੇ ਨਾਲ ਸ਼ੇਅਰ ਕਰਾਂ। ਆਪਾਂ ਅਕਸਰ ਤੁਸੀਂ ਸੁਣਦੇ ਹੋਵੋਗੇ, ਵੇਖਿਆ ਹੋਏਗਾ, ਕੋਈ ਬੰਦਾ ਬਾਹਰੋਂ ਵੇਖਣ ਨੂੰ ਬਹੁਤ ਵਧੀਆ ਲੱਗਦਾ, ਬੜੀ ਅੱਛੀ ਪਰਸਨੈਲਿਟੀ ਹੈ, ਫਿਰ ਤੁਸੀਂ ਉਹਦੇ ਨਾਲ ਵਰਤਦੇ ਹੋ, ਵਰਤਣ ਤੋਂ ਬਾਅਦ ਪਤਾ ਲੱਗਦਾ ਵੀ ਇਹ ਬੰਦਾ, ਤਾਂ ਤੁਸੀਂ ਆਪ ਹੀ ਫਿਰ ਕਹਿਣਾ ਸ਼ੁਰੂ ਕਰ ਦਿੰਦੇ ਹੋ, ਨਹੀਂ ਜੀ ਨਹੀਂ, ਉਹ ਤਾਂ ਬੰਦਾ ਬਹੁਤ ਖਰਾਬ ਨਿਕਲਿਆ। ਪਰ ਪਹਿਲਾਂ ਤੁਸੀਂ ਬੜੇ ਇੰਪ੍ਰੈਸ ਸੀ, ਉਹਦੀ ਪਰਸਨੈਲਿਟੀ, ਉਹਦਾ ਆਊਟਲੁੱਕ, ਉਹਦਾ ਅਪੀਅਰੈਂਸ, ਉਹਦਾ ਫੋਰਮ ਤੁਹਾਨੂੰ ਬੜਾ ਅਟਰੈਕਟ ਕਰ ਰਿਹਾ ਸੀ। ਦੂਸਰੇ ਪਾਸੇ ਤੁਸੀਂ ਵੇਖਦੇ ਹੋ ਇੱਕ ਬੰਦਾ ਬੜਾ ਜੈਂਟਲ ਜਿਹਾ ਲੱਗਦਾ, ਬੜਾ ਸਿੱਧਾ ਜਿਹਾ ਲੱਗਦਾ, ਬਾਹਰੋਂ ਕੋਈ ਵਧੀਆ ਅਟਰੈਕਟਿਵ ਪਰਸਨੈਲਿਟੀ ਨਹੀਂ। ਤੁਸੀਂ ਮਿਲਦੇ ਹੋ, ਮਿਲਵਰਤਨ ਕਰਦੇ ਹੋ, ਤੁਹਾਨੂੰ ਪਤਾ ਲੱਗਦਾ ਯਾਰ ਇਹ ਬੰਦਾ ਬਹੁਤ ਬੀਬਾ ਹੈ, ਬਹੁਤ ਹੀ ਵਧੀਆ ਹੈ, ਵੈਰੀ ਜੈਂਟਲ, ਵੈਰੀ ਹੰਬਲ, ਬੜਾ ਸਿਆਣਾ ਹੈ। ਪਰ ਅਸੀਂ ਸ਼ਾਇਦ ਇਸ ਚੀਜ਼ ਨੂੰ ਕਦੀ ਨਾ ਨੋਟ ਨਹੀਂ ਕੀਤਾ ਵੀ ਇਹਦਾ ਕੀ ਮਤਲਬ ਹੈ। ਇਹ ਮੈਂ ਹੁਣੇ ਜਦੋਂ ਸਿੰਘਾਪੁਰ ਤੋਂ ਆ ਰਿਹਾ ਸਾਂ ਫਲਾਈਟ ਵਿੱਚ, ਤਾਂ ਜਿਹੜੇ ਮੇਰੇ ਨਾਲ ਸੱਜਣ ਬੈਠੇ ਸੀ, ਉਹ ਇੱਕ ਲੇਡੀ ਸੀ ਉਹਨਾਂ ਵਿੱਚੋਂ, ਪੰਜਾਬ ਵਿੱਚੋਂ, ਉਹ ਗੱਲ ਕਰ ਰਹੀ ਸੀ ਕਿਸੇ ਆਪਣੇ ਰਿਲੇਟਿਵ ਦੀ ਵੀ ਉਹਨਾਂ ਦੇ, ਮੈਂ ਕਿਹਾ ਕਿੱਥੇ ਜਾ ਰਹੇ ਹੋ, ਆਉਂਦੇ ਵੀ ਕਿਸੇ ਦੀ ਡੈਥ ਹੋ ਗਈ, ਉੱਥੇ ਮੈਂ ਜਾ ਰਹੀ। ਕਿਹਦੀ ਡੈਥ ਹੋਈ? ਇੱਕ ਲੜਕੀ ਦੀ ਡੈਥ ਹੋਈ, ਨਿਊਲੀ ਮੈਰਿਡ ਸੀ ਹੁਣੇ ਹੁਣੇ। ਉਹ ਮੈਂ ਉਹਦੀ ਗੱਲ ਦੱਸ ਰਿਹਾ ਜੋ ਮੈਨੂੰ ਦੱਸ ਰਹੀ ਸੀ। ਉਹ ਕਹਿੰਦੀ ਭਾਅ ਜੀ ਉਹ ਲੜਕੀ ਮਤਲਬ ਐਡੀ ਖੂਬਸੂਰਤ ਸੀ ਨਾ, ਵੀ ਤੁਸੀਂ ਵੇਖੋਗੇ ਸ਼ੀ ਵਾਜ਼ ਯੂ ਨੋ ਲਾਈਕ ਐਕਟਰੈਸ। ਕੀ ਹੋਇਆ ਜੀ? ਘਰਦਿਆਂ ਨੇ, ਜਿਵੇਂ ਅਕਸਰ ਅਸੀਂ ਸੁਣਦੇ ਹਾਂ, ਮਾਰ ਦਿੱਤਾ। ਮੇਰੇ ਮਨ ਨੂੰ ਨਾ ਸਟ੍ਰਾਈਕ ਹੋਈ ਉਹਦੀ ਗੱਲ ਸੁਣ ਕੇ ਵੀ ਐਡੀ ਖੂਬਸੂਰਤ ਹੈ, ਸਭ ਕੁਛ ਹੈ, ਅਤੇ ਅਸੀਂ ਦੁਨੀਆ ਸਾਰੀ ਖੂਬਸੂਰਤੀ ਪਿੱਛੇ ਭੱਜੀ ਫਿਰਦੀ। ਫਿਰ ਕੀ ਕਾਰਨ ਸੀ ਕਿ ਮਤਲਬ ਇੰਨਾ ਕੁਛ, ਖੂਬਸੂਰਤੀ ਦੀ ਕਿੰਨੀ ਕੁ ਕਦਰ ਹੈ? ਇੱਕ ਹੋਰ ਐਗਜ਼ਾਮਪਲ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਅਸੀਂ ਇੱਕ ਇੰਟਰਵਿਊ, ਮੈਂ ਉਹਦਾ ਪਾਰਟ ਸਾਂ, ਅਪੀਅਰ ਹੋਏ ਅਸੀਂ, ਮੇਰੇ ਨਾਲ ਹੋਰ ਵੀ 7-8 ਜਣੇ ਸੀ। ਅਤੇ ਅਕਸਰ ਤੁਸੀਂ ਵੇਖਿਆ ਹੋਵੇਗਾ ਜਦੋਂ ਕਿਸੇ ਇੰਟਰਵਿਊ ਵਾਸਤੇ ਅਪੀਅਰ ਹੋ ਨਾ, ਬੱਚਿਆਂ ਵਿੱਚ ਆਮ ਇਹ ਗੱਲ, ਮੈਂ ਇਹਨੂੰ ਗਲਤ ਫਹਿਮੀ ਸਮਝਦਾ, ਸਾਡੇ ਮਨਾਂ ਵਿੱਚ ਹੈ ਵੀ ਇੰਟਰਵਿਊ ਦਾ ਮਤਲਬ ਵੀ ਤੁਹਾਡਾ ਆਊਟਲੁੱਕ, ਅਪੀਅਰੈਂਸ ਵਾਈਜ਼ ਤੁਹਾਡੇ ਕੱਪੜੇ ਯੇ ਵੋ ਫੈਂਟਾਸਟਿਕ ਹੋਣੇ ਚਾਹੀਦੇ ਨੇ, ਹੈ ਨਾ। ਕਈ ਲੋਕ ਜੇ ਭਾਵੇਂ ਮੌਸਮ ਨਹੀਂ ਵੀ ਤਾਂ ਵੀ ਕੋਸ਼ਿਸ਼ ਕਰਨਗੇ ਵੀ ਕੋਟ ਪੈਂਟ ਪਾ ਕੇ ਜਾਓ, ਟਾਈ ਭਾਵੇਂ ਜ਼ਿੰਦਗੀ 'ਚ ਨਹੀਂ ਲਾਈ ਪਰ ਟਾਈ ਲਾ ਕੇ ਜਾਓ। ਦੇ ਥਿੰਕ ਵੀ ਇਹ ਜਿਹੜਾ ਹੈ ਉਹ ਇੰਟਰਵਿਊਅਰਸ ਨੂੰ ਬਹੁਤ ਜ਼ਿਆਦਾ ਇੰਪ੍ਰੈਸ ਕਰੇਗਾ। ਪਰ ਕਦੀ ਧਿਆਨ ਨਾਲ ਸੋਚ ਕੇ ਵੇਖਿਓ ਕਿ ਜਿਹੜੇ ਇੰਟਰਵਿਊ ਲੈ ਰਹੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ, ਉਹਨਾਂ ਨੂੰ ਨਹੀਂ ਪਤਾ ਵੀ ਇੱਕ ਕੋਟ ਪੈਂਟ ਦੀ ਕਿੰਨੀ ਕੁ ਵੈਲਿਊ ਹੈ, ਇਹ ਕਿੱਥੋਂ ਮਿਲਦਾ ਹੈ, ਇਹ ਤਾਂ ਬਾਜ਼ਾਰ ਵਿੱਚੋਂ ਮਿਲ ਜਾਂਦਾ, ਇਹ ਟਾਈ ਇਹ ਜਿਹੜਾ ਮਰਜ਼ੀ ਖਰੀਦ ਲਵੇ। ਬਾਹਰ ਦੇ ਕੱਪੜੇ ਜਿਹੜੇ ਅਸੀਂ ਪਾ ਕੇ ਇੰਪ੍ਰੈਸ ਕਰਨ ਜਾ ਰਹੇ ਹਾਂ ਉਹ ਤਾਂ ਹਰ ਇੱਕ ਨੂੰ ਪਤਾ, ਅਤੇ ਮੈਂ ਸਮਝਦਾ ਇੰਟਰਵਿਊ ਲੈਣ ਵਾਲਿਆਂ ਨੂੰ ਘੱਟੋ ਘੱਟ ਇੰਨੇ ਤਾਂ ਸਿਆਣੇ ਸਾਡੇ ਨੂੰ ਤਾਂ ਹੋਣਗੇ ਜ਼ਿਆਦਾ, ਉਹਨਾਂ ਨੂੰ ਪਤਾ ਵੀ ਇਹ ਸਾਰਾ ਕੁਛ ਤਾਂ ਕੋਈ ਵੀ ਇੱਥੋਂ ਬਾਜ਼ਾਰ ਵਿੱਚੋਂ ਪੈਸੇ ਚਾਹੀਦੇ ਨੇ ਬਸ, ਇੱਕ ਗਰੀਬ ਆਦਮੀ ਵੀ ਕੋਸ਼ਿਸ਼ ਕਰਕੇ ਉਧਾਰੇ ਲੈ ਕੇ ਤਾਂ ਉਹ ਵੀ ਖਰੀਦ ਸਕਦਾ। ਇਹ ਚੀਜ਼ ਇੰਪ੍ਰੈਸ ਨਹੀਂ ਕਰੇਗੀ, ਇਹ ਠੀਕ ਹੈ ਕਿ ਉਹਦਾ ਥੋੜ੍ਹਾ ਜਿਹਾ, ਹੈ ਨਾ, ਮਾੜਾ ਜਿਹਾ ਇੰਪ੍ਰੈਸ਼ਨ ਪਏਗਾ ਬਸ। ਇੰਟਰਵਿਊ ਲੈਣ ਵਾਲਿਆਂ ਨੇ ਤੁਹਾਡੇ ਅੰਦਰ ਝਾਕਣਾ ਹੈ, ਤੁਹਾਡੀ ਕੁਆਲਿਟੀ ਨੂੰ ਵੇਖਣਾ, ਤੁਹਾਡੀ ਮੈਰਿਟ ਨੂੰ ਵੇਖਣਾ ਹੈ। ਉੱਥੇ ਅਸੀਂ 7-8 ਜਣੇ ਸਾਂ ਅਤੇ ਉਹਨਾਂ ਵਿੱਚ ਇੱਕ ਲੜਕਾ ਸੀ, ਅੱਛਾ ਫਿਜ਼ਿਕ, ਵਧੀਆ, ਲੰਬਾ, ਪਰ ਉਹ ਨਾ
ਕੱਪੜੇ ਜਿਹੜੇ ਉਹਨੇ ਇੰਟਰਵਿਊ ਵਾਲੇ ਦਿਨ ਪਾਉਣੇ ਸੀ ਬੜੇ ਸਿੰਪਲ, ਬੈਲਟ ਵੀ ਨਹੀਂ ਹੈਗੀ ਉਹਦੇ ਕੋਲ, ਟਾਈ ਵੀ ਨਹੀਂ ਹੈਗੀ। ਉਹਦੇ ਨਾਲ ਦੇ ਸਾਰੇ ਮੁੰਡੇ ਨਾ ਉਹਨੂੰ ਕੋਸ਼ਿਸ਼ ਕਰ ਰਹੇ, ਕੰਪੈਲ ਕਰ ਰਹੇ, ਨਹੀਂ ਯਾਰ ਤੂੰ ਬੈਲਟ ਪਹਿਨ ਲੈ, ਮੇਰੀ ਲੈ ਲੈ, ਟਾਈ ਲਗਾ, ਅਰੇ ਨਹੀਂ ਐਸੇ ਨਹੀਂ ਕੰਮ ਚੱਲੇਗਾ, ਮੈਂ ਦੇਤਾ ਹਾਂ ਟਾਈ, ਮੇਰੀ ਪਕੜ। ਐਂਡ ਹੀ ਵਾਜ਼ ਲਾਈਕ ਯੂ ਨੋ ਨੋਟ ਵਿਲਿੰਗ। ਮੈਂ ਉਹਦੀ ਸਪੋਰਟ ਕੀਤੀ, ਮੈਂ ਕਿਹਾ ਨਹੀਂ ਜੇ ਤੇਰਾ ਨਹੀਂ ਮਨ ਕਰਦਾ ਨਾ ਨੈਵਰ ਮਾਈਂਡ, ਤੂੰ ਜਾ ਇੱਦਾਂ ਹੀ। ਜਦਕਿ ਦੂਸਰੇ ਲੋਕ ਨਹੀਂ ਨਹੀਂ ਯਾਰ ਇੱਦਾਂ ਨਹੀਂ ਹੋਣਾ, ਇਹ ਨਹੀਂ ਹੈ ਉਹ ਹੈ। ਮੈਂ ਆਪਣੀ ਅੱਖਾਂ ਨਾਲ ਵੇਖਿਆ ਅਤੇ ਮੈਂ ਕਿਉਂਕਿ ਉਸ ਤੋਂ ਪਹਿਲਾਂ ਵੀ ਕਨਵਿੰਸ ਹਾਂ ਵੀ ਇੰਟਰਵਿਊ ਲੈਣ ਵਾਲਿਆਂ ਨੂੰ ਕੱਪੜਿਆਂ ਬਾਰੇ ਇਹ ਤਾਂ ਪਤਾ ਹੀ ਹੈ ਨਾ, ਇੰਨਾ ਉਹ ਤੁਹਾਡੇ ਕੱਪੜੇ ਵੇਖਣ ਲਈ ਥੋੜ੍ਹੇ ਬੈਠੇ ਨੇ ਉੱਥੇ। ਉਹ ਸਾਡੇ ਸਾਰਿਆਂ ਵਿੱਚੋਂ ਸਿਲੈਕਸ਼ਨ ਹੋਈ ਇੱਕ ਮੁੰਡੇ ਦੀ ਸਿਰਫ ਉਸਦੀ। ਸੋ ਪਰਸਨੈਲਿਟੀ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਸਾਰਾ ਦਿਨ ਅੱਜ ਦੇ ਸਮਾਜ ਦਾ ਸਾਰੇ ਦਾ ਸਾਰਾ ਜਿਹੜਾ ਧਿਆਨ ਹੈ, ਕਾਨਸ਼ੀਅਸਨੈਸ ਹੈ ਉਹਦਾ, ਉਹ ਹੈ ਆਪਣੇ ਆਪ ਨੂੰ ਬਾਹਰੋਂ ਸਵਾਰਨ ਵਿੱਚ, ਬਾਹਰੋਂ ਸੋਹਣਾ ਬਣਾਉਣ ਵਿੱਚ, ਬਾਹਰੋਂ ਚੰਗਾ ਬਣਾਉਣ ਵਿੱਚ, ਘਰ ਨੂੰ ਵੱਡਾ ਕਰਨ ਵਿੱਚ, ਘਰ ਨੂੰ ਚੰਗਾ ਬਣਾਉਣ ਵਿੱਚ। ਉਹਦਾ ਰਿਜ਼ਲਟ ਕੀ ਨਿਕਲ ਰਿਹਾ ਅਸੀਂ ਸਾਰੇ ਵੇਖ ਰਹੇ ਹਾਂ। ਤੁਸੀਂ ਅਕਸਰ ਇਸ ਤਰ੍ਹਾਂ ਸੁਣਦੇ ਹੋਵੋਗੇ, ਸਾਡੇ ਵਿੱਚ ਅੱਜ ਤੋਂ ਡਾਈਵੋਰਸ ਦਾ ਸਿਸਟਮ ਸ਼ੁਰੂ ਹੋ ਗਿਆ, ਘਰਾਂ ਵਿੱਚ ਜੋ ਕਲੇਸ਼ ਸ਼ੁਰੂ ਹੋ ਗਏ ਨੇ। ਵੇਖੋ ਛੋਟੀਆਂ ਛੋਟੀਆਂ ਫੈਮਿਲੀਆਂ ਨੇ, ਉਹਦੇ ਵਿੱਚ ਵੀ ਕਿਸ ਤਰ੍ਹਾਂ ਚੱਲ ਰਿਹਾ ਕੰਮ। ਪਰ ਬਾਹਰੋਂ ਤਾਂ ਅਸੀਂ ਮਾੜੇ ਨਹੀਂ ਹੋ ਰਹੇ, ਬਾਹਰੋਂ ਤਾਂ ਸਮਾਜ ਹੁਣ ਚੰਗਾ ਹੋ ਰਿਹਾ ਸਗੋਂ, ਪਰ ਕੀ ਕਾਰਨ ਹੈ ਫਿਰ? ਸੋ ਇਹ ਬਾਹਰ ਦੀ ਪਰਸਨੈਲਿਟੀ ਸਿਰਫ ਥੋੜ੍ਹਾ ਜਿਹਾ, ਇਹਨੂੰ ਕਹਿੰਦੇ ਨੇ ਵੀ ਬਸ ਇਹ ਸਮਝੋ ਵੀ ਮਾੜਾ ਜਿਹਾ ਬਸ ਇੰਪ੍ਰੈਸ ਕਰ ਸਕਦੀ ਹੈ, ਕਰਦੀ ਹੈ, ਜ਼ਰੂਰੀ ਨਹੀਂ। ਜਿਹੜਾ ਸਿਆਣਾ ਬੰਦਾ ਹੋਏਗਾ ਉਹ ਕਦੀ ਇੰਪ੍ਰੈਸ ਨਹੀਂ ਹੋਏਗਾ, ਉਹ ਵੇਖੇਗਾ ਵੀ ਹਾਂ ਠੀਕ ਹੈ, ਕੱਪੜੇ ਸੋਹਣੇ ਪਾਏ ਨੇ, ਵੇਖਣ ਨੂੰ ਬਹੁਤ ਸੋਹਣੇ ਨੇ, ਖੂਬਸੂਰਤ ਨੇ, ਬਟ ਹੀ ਵਿਲ ਟਰਾਈ ਟੂ ਲੁੱਕ ਇੰਟੂ ਯੂਅਰ ਕੁਆਲਿਟੀਜ਼, ਇੰਟੂ ਯੂਅਰ ਮੈਰਿਟਸ। ਗੁਰੂਆਂ ਦੀ ਅਸੀਂ ਜਦੋਂ ਗੱਲ ਕਰਦੇ ਹਾਂ, ਇੱਕ ਹੋਰ ਮੈਂ ਐਗਜ਼ਾਮਪਲ, ਇਹ ਤੁਹਾਨੂੰ ਹੈਲਪ ਕਰਨਗੇ ਵੀ ਪਰਸਨੈਲਿਟੀ ਦੀ ਆਪਾਂ ਗੱਲ ਕਰਦੇ ਹਾਂ। ਆਈ ਵਾਜ਼ ਇਨ ਸਿਡਨੀ ਲਾਸਟ ਈਅਰ, ਅਤੇ ਉੱਥੇ ਸ਼ਾਮ ਨੂੰ ਬੱਚਿਆਂ ਦੀ ਅਸੀਂ ਸਾਰੇ ਬੈਠੇ ਹੋਏ ਸੀ, ਕੁਐਸਚਨ ਆਨਸਰ ਸੈਸ਼ਨ ਚੱਲ ਰਿਹਾ ਸੀ, ਅਸੀਂ ਪੈਨਲ ਵਿੱਚ ਸਾਂ, ਅਤੇ ਸਾਡੇ 'ਚੋਂ ਇੱਕ ਫੈਸਿਲੀਟੇਟਰ ਨੇ ਪੁੱਛਿਆ ਬੱਚਿਆਂ ਨੂੰ ਵੀ ਵੈਨ ਯੂ ਲੁੱਕ ਐਟ ਗੁਰੂ ਨਾਨਕ, ਗੁਰੂ ਨਾਨਕ ਸਾਹਿਬ ਦੀ ਫੋਟੋ ਪਿਕਚਰ ਉਹਨਾਂ ਦੀ ਵੇਖਦੇ ਹੋ ਜਾਂ ਉਹਨਾਂ ਬਾਰੇ ਤੁਸੀਂ ਸੁਣਦੇ ਹੋ, ਅਤੇ ਤੁਹਾਡੇ ਮਨ ਵਿੱਚ ਮਤਲਬ ਕੀ ਆਉਂਦਾ ਹੈ ਗੁਰੂ ਨਾਨਕ ਸਾਹਿਬ ਬਾਰੇ, ਕਿਹੜੀ ਗੱਲ ਤੁਹਾਡੇ ਮਨ ਨੂੰ ਸਟ੍ਰਾਈਕ ਕਰਦੀ ਹੈ? ਵੀ ਯੂ ਆਰ ਜਸਟ ਯੂ ਨੋ ਆਸਕਿੰਗ ਦੈਮ। ਇੱਕ ਬੱਚਾ ਖੜ੍ਹਾ ਹੋਇਆ ਜੀ, ਪੁੱਛਿਆ ਗਿਆ ਤੁਸੀਂ ਗੁਰੂ ਵੱਲ, ਗੁਰੂ ਦੀ ਪਿਕਚਰ ਇਮੇਜ ਜਦੋਂ ਵੇਖਦੇ ਹੋ ਗੁਰੂ ਨਾਨਕ ਸਾਹਿਬ ਦੀ, ਤੁਹਾਡੇ ਮਨ ਵਿੱਚ ਉਹਨਾਂ ਬਾਰੇ ਕੀ ਤਸਵੀਰ ਬਣਦੀ? ਉਹ ਆਉਂਦਾ ਅ ਸਲੀਪੀ ਓਲਡ ਮੈਨ। ਇਸ ਬੱਚੇ ਦਾ ਆਂਸਰ ਸੀ ਐਂਡ ਵੀ ਵਰ ਯੂ ਨੋ ਸ਼ੌਕਡ, ਬਟ ਹੀ ਵਾਸ ਟਰੂ। ਉਹ ਆਉਂਦਾ ਮੈਂ ਜਦੋਂ ਗੁਰੂ ਨਾਨਕ ਦੀ ਫੋਟੋ ਵੇਖਦਾ ਕੀ ਉਹਨੂੰ ਲੱਗਦਾ? ਕਿਸ ਤਰ੍ਹਾਂ? ਅ ਸਲੀਪੀ ਓਲਡ ਮੈਨ, ਵੀ ਇੱਕ ਜਿਵੇਂ ਨੀਂਦ ਦੇ ਵਿੱਚ ਸੁੱਤਾ ਹੋਇਆ ਕੋਈ ਬੁੱਢਾ ਆਦਮੀ ਬੈਠਾ ਹੋਇਆ। ਇਟਸ ਟਰੂ, ਕਿਉਂਕਿ ਅਸੀਂ ਲੋਕਾਂ ਨੇ ਉਹ ਗੁਰੂ ਸਾਹਿਬ ਦੀਆਂ ਫੋਟੋਆਂ ਇਮੇਜ ਇਸ ਤਰ੍ਹਾਂ ਹੀ ਬਣਾਈਆਂ ਨੇ ਪਹਿਲੀ ਤੋਂ ਪੰਜਵੀਂ ਪਾਤਸ਼ਾਹੀ ਤੱਕ ਘੱਟੋ ਘੱਟ, ਕਿ ਉਹ ਸਾਰਿਆਂ 'ਚ ਐਂ ਲੱਗਦਾ ਵੀ ਗੁਰੂ ਸਾਹਿਬ ਜਿਵੇਂ ਬੈਠੇ ਹੋਏ ਨੇ, ਬੜੇ ਬਜ਼ੁਰਗ ਨੇ, ਸ਼ਾਇਦ ਤੁਰ ਵੀ ਸਕਦੇ ਹੋਣਗੇ ਕਿ ਨਹੀਂ, ਉੱਪਰ ਮਾਲਾ, ਥੱਲੇ ਮਾਲਾ, ਹੱਥ ਵਿੱਚ ਮਾਲਾ 'ਤੇ ਬੈਠੇ ਹੋਏ ਨੇ। ਪਰ ਗੁਰੂ ਨਾਨਕ ਨੂੰ ਜੇ ਸੱਚੀ ਮੁੱਚੀ ਕਿਸੇ ਨੇ ਵੇਖਣਾ ਹੋਵੇ, ਉਹਨਾਂ ਦੀ ਪਰਸਨੈਲਿਟੀ ਨੂੰ ਵੇਖਣਾ ਹੋਵੇ, ਤਾਂ ਦੋ ਕੰਮ ਕਰਿਓ ਤੁਸੀਂ ਸਾਰੇ ਗੁਰਮੁਖ ਬੈਠੇ ਹੋ, ਬਾਣੀ ਪੜ੍ਹਨ ਵਾਲੇ ਹੋ, ਇੱਕ ਤਾਂ ਬਾਬੇ ਨਾਨਕ ਦੀ ਬਾਣੀ ਨੂੰ ਪੜ੍ਹਿਓ, ਇੱਕ ਵਾਰ ਨਹੀਂ ਤੁਹਾਨੂੰ 2-4-5 ਵਾਰ ਪੜ੍ਹਨਾ ਪਏਗਾ, ਉਹਨੂੰ ਸਮਝਿਓ, ਫਿਰ ਭੱਟਾਂ ਦੇ ਸਵਈਏ ਪੜ੍ਹਿਓ। ਮੈਂ ਤਾਂ ਜਦੋਂ ਪਹਿਲੀ ਵਾਰ ਭੱਟਾਂ ਦੇ ਸਵਈਏ ਪੜ੍ਹੇ, ਉਹਨਾਂ ਦੀ ਕੁਝ ਸਮਝ ਲੱਗੀ, ਅਤੇ ਸੱਚੀ ਮੁੱਚੀ ਮੇਰੇ ਅੰਦਰੋਂ ਨਾ ਮਤਲਬ ਗੁਰੂਆਂ ਦੀ ਸਾਰੀ ਪਰਸਨੈਲਿਟੀ, ਤਸਵੀਰ ਬਿਲਕੁਲ ਬਦਲ ਗਈ। ਫਿਰ ਪਤਾ ਲੱਗਾ ਵੀ ਆਹਾ, ਇਹ ਨੇ ਤੁਹਾਡੇ ਗੁਰੂ। ਅਸੀਂ ਇਮੇਜ ਵੇਖ ਕੇ, ਬਾਹਰ ਦੀ ਪਿਕਚਰ ਵੇਖ ਕੇ ਸ਼ਾਇਦ ਸਮਝਦੇ ਹੋਵਾਂਗੇ ਵੀ ਇੱਦਾਂ ਦੇ ਹੋਣਗੇ। ਗੁਰੂ ਨਾਨਕ ਸਾਹਿਬ ਜਿਹੜੇ ਨੇ ਆਪਣੀ ਲਾਈਫ ਵਿੱਚ ਮੋਰ ਦੈਨ 40,000 ਮਾਈਲਸ ਪੈਦਲ ਚੱਲੇ ਨੇ। ਕਿੱਥੇ ਗਏ ਨੇ ਜਰਾ ਇਮੈਜਿਨ ਕਰਕੇ ਵੇਖੋ। ਅੱਜ ਅਸੀਂ ਕਿਸੇ ਗੁਰਦੁਆਰੇ ਵਿੱਚ ਕੋਈ ਕਰਮ, ਕੋਈ ਗੱਲ ਗਲਤ ਹੁੰਦੀ ਵੇਖ ਕੇ ਵੀ ਆਈ ਥਿੰਕ ਕੋਈ ਵਿਰਲਾ ਹੀ ਹੋਊਗਾ ਜਿਹੜਾ ਹਿੰਮਤ ਰੱਖਦਾ ਹੋਊ ਵੀ ਜਾ ਕੇ ਟੋਕ ਸਕੇ, ਕਹਿ ਸਕੇ ਵੀ ਇਹ ਗਲਤ ਹੈ। ਤੁਹਾਡਾ ਗੁਰੂ ਕਿੱਥੇ ਜਾ ਰਿਹਾ ਹੈ? ਉਹ ਵੱਡੇ ਵੱਡੇ ਧਰਮ ਸਥਾਨ ਜਿਹੜੇ ਸੈਂਟਰ ਨੇ ਉੱਥੇ ਜਾ ਕੇ ਉਹਨਾਂ ਨੂੰ ਚੈਲੰਜ ਕਰ ਰਿਹਾ। ਹਰਿਦੁਆਰ, ਬਨਾਰਸ, ਜਗਨਨਾਥਪੁਰੀ, ਮੱਕਾ, ਬਗਦਾਦ, ਉਹਨਾਂ ਨੂੰ ਕਹਿ ਰਿਹਾ ਹੈ ਇਹ ਕੀ ਕਰ ਰਹੇ ਹੋ? ਸਿੱਧ ਗੋਸ ਸਿੱਧਾਂ ਦੇ ਕੋਲ, ਸਿੱਧ ਪਤਾ ਕਿ ਅੱਜ ਤੱਕ ਮੈਂ ਹੈਰਾਨ ਹਾਂ
ਪਿੱਛੇ ਜੇ ਮੈਂ ਇੱਕ ਸਿੱਧ ਗੋਸਟ ਬਾਰੇ ਇੱਕ ਬੁੱਕ ਆ ਇੰਗਲਿਸ਼ ਦੇ ਵਿੱਚ, ਅਤੇ ਮੈਂ ਚਾਹਾਂਗਾ ਜਿਹੜੇ ਤੁਹਾਡੇ 'ਚੋਂ ਪੜ੍ਹ ਸਕਦੇ ਨੇ, ਯੂ ਮਸਟ ਗੋ ਐਂਡ ਰੀਡ ਸਿੱਧ ਗੋਸਟ, ਡਾਕਟਰ ਪਿਆਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ। ਉਹਦਾ ਪ੍ਰੀਫੇਸ ਪੜ੍ਹਨ ਤੋਂ ਬਾਅਦ ਮੈਨੂੰ ਥੋੜ੍ਹੀ ਜਿਹੀ ਮਤਲਬ ਗੱਲ ਸਮਝ ਲੱਗੀ ਵੀ ਗੱਲ ਕੁਛ ਹੋਰ ਹੈ। ਮੈਂ ਦੱਸਣਾ ਚਾਹ ਰਿਹਾ ਵੀ ਅੱਜ ਤੱਕ ਸਾਡੇ ਮਨਾਂ 'ਚ ਫਸਿਆ ਹੋਇਆ, ਅਸੀਂ ਉਹੀ ਸਮਝਦੇ ਹਾਂ ਵੀ ਸਿੱਧ ਯੋਗੀਆਂ ਦੇ ਕੋਲ ਬੜੀਆਂ ਕਰਾਮਾਤੀ ਤਾਕਤਾਂ ਸੀ। ਡਰਦੇ ਸੀ ਲੋਕ, ਉਹ ਆਪਣੇ ਆਪ ਨੂੰ ਰਹਿੰਦੇ ਵੀ ਕਿੱਥੇ ਸੀ, ਇਹੋ ਜਿਹੀ ਜਗ੍ਹਾ ਵੀ ਜਿੱਥੇ ਆਮ ਬੰਦਾ ਆ ਨਹੀਂ ਸਕਦਾ, ਸੋ ਦੈਟ ਦੇ ਕੈਨ ਸੇ ਵੀ ਅਸੀਂ ਉਹੋ ਜਿਹੀ ਥਾਂ ਰਹਿੰਦੇ, ਤੁਸੀਂ ਨਹੀਂ ਉੱਥੇ ਆ ਸਕਦੇ। ਗੁਰੂ ਨਾਨਕ ਸਾਹਿਬ ਉੱਥੇ ਜਾਂਦੇ ਨੇ, ਵੰਗਾਰਦੇ ਨੇ, ਚੈਲੰਜ ਕਰਦੇ ਨੇ, ਡਿਸਕਸ਼ਨ ਕਰਦੇ ਨੇ, ਉਹਨਾਂ ਦੇ ਹਰ ਸਵਾਲ ਦਾ ਜਵਾਬ ਦਿੰਦੇ ਨੇ। ਅਤੇ ਅਖੀਰ ਵਿੱਚ ਭਾਈ ਗੁਰਦਾਸ ਲਿਖਦੇ ਨੇ, ਸ਼ਬਦ ਜਿੱਤੀ ਸਿੱਧ ਮੰਡਲੀ। ਅਤੇ ਉਹ ਸਿੱਧਾਂ ਨੂੰ ਮਜਬੂਰ ਕਰਦੇ ਨੇ ਕਿ ਉਹ ਕਹਿਣ, ਧੰਨ ਨਾਨਕ ਤੇਰੀ ਕਮਾਈ ਸਾਡੇ ਨਾਲੋਂ ਵੱਡੀ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਿੱਥੇ ਵੀ ਜਾਂਦੇ ਨੇ, ਬਨਾਰਸ ਗਏ ਨੇ ਚਤੁਰਦਾਸ ਪੰਡਿਤ, ਵਾਹ ਵਾਹ ਕਹਿੰਦੇ, ਏਡਾ ਗਿਆਨ ਦਾ ਮੁਜੱਸਮਾ ਸ਼ਾਸਤਰਾਸ ਵਿੱਚ ਅੱਜ ਤੱਕ ਕੋਈ ਸਾਹਮਣੇ ਟਿਕ ਨਹੀਂ ਸਕਿਆ, ਬਾਬੇ ਨਾਨਕ ਦੀ ਡਿਵਾਈਨ ਵਿਜ਼ਡਮ ਅੱਗੇ ਇਹਨੂੰ ਸਿਰ ਨਵਾਉਣਾ ਪਿਆ। ਸੋ ਉਹ ਪਰਸਨੈਲਿਟੀ ਗੁਰੂ ਦੀ ਯਾਦ ਕਰੋ। ਇਹਦਾ ਮਤਲਬ ਗੁਰੂ, ਅਸੀਂ ਜੋ ਇਮੇਜ ਵੇਖਦੇ ਹਾਂ, ਪਿਕਚਰ ਵੇਖਦੇ ਹਾਂ, ਫਿਰ ਇਸ ਤਰ੍ਹਾਂ ਦਾ ਗੁਰੂ ਥੋੜ੍ਹੀ ਸੀ ਉਹ। ਜੇ ਬਾਬਰ ਹੈ ਉਹਨੂੰ ਵੰਗਾਰਦੇ ਨੇ, ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਰ ਬਾਣੀ ਦੇ, ਕਦੀ ਉਹਦੀ ਪੋਇਟਿਕ ਬਿਊਟੀ ਵੇਖਿਓ, ਆਪਣੀ ਗੱਲ ਵੀ ਕਰ ਜਾਂਦੇ ਨੇ ਅਤੇ ਵਾਹ ਵਾਹ ਇਹੋ ਜਿਹੇ ਕੌਸਮਿਕ ਅੰਦਾਜ਼ ਵਿੱਚ ਗੱਲ ਕਰਦੇ ਨੇ ਵੀ ਕਮਾਲ ਦੀ ਬਾਤ ਹੈ। ਸਾਰਾ ਕੁਝ ਕਹਿ ਕੇ ਵੀ ਆਪਣਾ ਮਨ ਫੋਕਸ ਅਤੇ ਕਾਂਸਟੈਂਟ। ਸੋ ਗੁਰੂਆਂ ਬਾਰੇ ਅਸੀਂ ਜਦੋਂ ਗੱਲ ਕਰਦੇ, ਇਹ ਗੁਰੂਆਂ ਦੀ ਪਰਸਨੈਲਿਟੀ ਹੈ। ਗੁਰੂਆਂ ਦੀ ਸਾਰੇ ਤੁਹਾਡੇ ਗੁਰੂ ਜਿਹੜੇ ਨੇ ਕਲਾਸੀਕਲ ਇੱਕ ਨੰਬਰ ਦੇ ਡਿਵਾਈਨ ਪੋਇਟ ਨੇ। ਸਾਨੂੰ ਨਾ ਹਿੰਦੁਸਤਾਨ ਦੇ, ਅਸੀਂ ਕਿਉਂਕਿ ਲੋਕ ਇਸ ਤਰ੍ਹਾਂ ਹੀ ਹੈ ਅਤੇ ਸਾਨੂੰ ਪਤਾ ਹੀ ਨਹੀਂ ਵੀ ਪੋਇਟ ਹੋਣਾ ਕੀ ਹੁੰਦਾ। ਵੈਸਟ ਵਿੱਚ ਜਾ ਕੇ ਪੁੱਛੋ ਇੱਕ ਪੋਇਟ ਦੀ ਕੀ ਹੈਸੀਅਤ ਹੈ, ਵਰਡਸਵਰਥ ਦੀ ਪੁੱਛੋ ਜਾ ਕੇ ਲੋਕਾਂ ਨੂੰ, ਸਾਨੂੰ ਪਤਾ ਹੀ ਨਹੀਂ। ਪੋਇਟਰੀ ਜ਼ਿੰਦਗੀ ਦੀ ਬੜੀ ਖੂਬਸੂਰਤ ਚੀਜ਼ ਹੈ, ਵਨ ਆਫ ਦੀ ਫਾਈਨ ਆਰਟਸ ਵਿੱਚ ਆਟੋਮੈਟਿਕਲੀ ਬੇਸਿਕਲੀ ਡਿਵੈਲਪ ਯੋਰ ਪਰਸਨੈਲਿਟੀ। ਮਿਊਜ਼ਿਕ, ਸਾਰੀ ਬਾਣੀ ਰਾਗ ਆਤਮਕ ਰਾਗਾਂ ਵਿੱਚ ਰਚੀ ਹੋਈ ਹੈ। ਰਾਗ ਆਪਣੇ ਆਪ ਦੇ ਵਿੱਚ ਇੱਕ ਬਲੈਸਿੰਗ ਹੈ। ਸਾਰੇ ਗੁਰੂ ਤੁਹਾਡੇ ਜਿਹੜੇ ਨੇ ਕਿਰਤੀ ਨੇ ਗੁਰੂ ਸਾਹਿਬਾਨ। ਗੁਰੂ ਸਾਹਿਬਾਨ ਦੀ ਵੇਖੋ ਵੀਜ਼ਨ, ਟਾਊਨ ਡਿਵੈਲਪ ਕਰਦੇ ਨੇ ਸ਼ਹਿਰ, ਇਹ ਦੂਸਰੇ ਲੈਕਚਰ ਵਿੱਚ ਆਪਾਂ ਇਹਦੇ ਬਾਰੇ ਗੱਲ ਕਰਾਂਗੇ। ਸੋ ਪਰਸਨੈਲਿਟੀ ਬਾਰੇ, ਡਿਵੈਲਪਮੈਂਟ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਮੈਨੂੰ ਇੱਥੇ ਇੱਕ ਹੋਰ ਵੀ ਗੱਲ ਯਾਦ ਆਉਂਦੀ। ਮੈਂ ਦੋ ਵਿਦਵਾਨਾਂ ਦਾ ਵਾਰਤਾਲਾਪ ਪੜ੍ਹ ਰਿਹਾ। ਇੱਕ ਵਿਦਵਾਨ ਉਹਨੂੰ ਦੂਸਰੇ ਨੂੰ ਲਿਖਦੇ ਨੇ ਕਿ ਮੈਂ ਚਾਹੁੰਦਾ ਵੀ ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਹੋਣਗੇ। ਉਹ ਜਿਹੜੇ ਬਜ਼ੁਰਗ ਨੇ ਉਹ ਉਹਨਾਂ ਨੂੰ ਲਿਖਦੇ ਨੇ ਵੀ ਅਸਲੀ ਦਰਸ਼ਨ ਕਰਨੇ ਨੇ ਕਿ ਝੂਠੇ ਮੂਠੇ ਨਕਲੀ ਜਿਹੜੇ ਲੋਕ ਕਰਦੇ ਉਹ ਵਾਲੇ। ਉਹ ਕਹਿੰਦੇ ਨਹੀਂ, ਅਸਲੀ ਦਰਸ਼ਨ ਕਰਨੇ ਆ। ਅਤੇ ਉਹ ਕਹਿੰਦੇ ਅਸਲੀ ਕਰਨੇ ਨੇ ਨਾ, ਫਿਰ ਬਾਜ਼ਾਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਟੀਕਾਂ ਵਾਲੀਆਂ ਪੋਥੀਆਂ ਸੈਂਚੀਆਂ ਖਰੀਦੋ, ਉਹਨਾਂ ਨੂੰ ਪੜ੍ਹੋ। ਇੱਕ ਵਾਰ ਨਹੀਂ, ਦੋ ਵਾਰ, ਤਿੰਨ ਵਾਰ, ਚਾਰ ਵਾਰ, ਉਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣਗੇ। ਫਿਰ ਉਹ ਅੱਗੇ ਲਿਖਦੇ ਨੇ, ਦੋ ਤਿੰਨ ਸਾਲ ਬਾਅਦ, ਚਾਰ ਸਾਲ ਬਾਅਦ ਉਹ ਫਿਰ ਆਪਸ ਵਿੱਚ ਕੰਟੈਕਟ ਕਰਦੇ ਨੇ। ਉਹ ਕਹਿੰਦੇ ਜੀ ਮੈਨੂੰ ਚਾਰ ਸਾਲ ਹੋ ਗਏ ਨੇ, ਮੈਂ ਜੋ ਤੁਸੀਂ ਹੁਕਮ ਕੀਤਾ ਸੀ, ਜੋ ਕਿਹਾ ਸੀ ਨਾ, ਮੈਂ ਬਿਲਕੁਲ ਫੋਲੋ ਕਰ ਰਿਹਾ। ਸਾਰੇ ਜਿੰਨੀਆਂ ਵੀ ਸਟੀਕ ਸੈਂਚੀਆਂ ਅਵੇਲੇਬਲ ਨੇ ਬਾਜ਼ਾਰ 'ਚ ਮੈਂ ਸਭ ਖਰੀਦ ਲਈਆਂ ਨੇ। ਅਤੇ ਉਹ ਪੁੱਛਦੇ ਨੇ, ਦਰਸ਼ਨ ਹੋਏ? ਬੜਾ ਖੂਬਸੂਰਤ। ਉਹ ਕਹਿੰਦੇ ਅਜੇ ਅੱਧੇ ਕੁ ਹੋਏ ਨੇ। ਉਹ ਕਹਿੰਦੇ ਫਿਰ ਲੱਗੇ ਰਹੋ, ਪੂਰੇ ਹੋਣਗੇ। ਇਹ ਇਹ ਹੈ ਅਤੇ ਸੱਚੀ ਮੁੱਚੀ ਬਾਣੀ 'ਚੋਂ ਗੁਰੂਆਂ ਦੇ ਦਰਸ਼ਨ ਕਰਨ ਦੀ ਜਾਚ ਸਿੱਖੀਏ, ਫਿਰ ਸਾਨੂੰ ਪਤਾ ਲੱਗੂਗਾ ਵੀ ਹਾਂ ਅਸੀਂ ਆਪਣੀ ਪਰਸਨੈਲਿਟੀ ਨੂੰ ਕਿਵੇਂ ਡਿਵੈਲਪ ਕਰਨਾ। ਅਤੇ ਸੱਚੀ ਮੁੱਚੀ ਅਗੇਨ ਲਾਈਫ ਦਾ, ਧਰਮ ਦਾ ਓਬਜੈਕਟਿਵ ਕੀ ਹੈ? ਬੰਦੇ ਨੂੰ ਬਾਹਰੋਂ ਸਜਾਉਣਾ ਨਹੀਂ, ਬੰਦੇ ਨੂੰ ਬਾਹਰੋਂ ਉਹਦੀ ਫੋਰਮ ਜਾਂ ਬਾਹਰੋਂ ਉਹਨੂੰ ਕਿਸੇ ਤਰ੍ਹਾਂ ਦੀ ਡਿਵੈਲਪਮੈਂਟ ਕਰਨੀ ਨਹੀਂ। ਸਗੋਂ ਸਾਰੇ ਧਰਮ ਗ੍ਰੰਥਾਂ 'ਚ ਵੇਖੋਗੇ ਉਹਦੇ ਇਹਦੇ ਉਲਟ ਲਿਖਦੇ ਨੇ ਕਿ ਬਾਹਰੋਂ ਇੰਨਾ ਸਜਾ ਰਿਹਾ, ਇੰਨਾ ਸਵਾਰ ਰਿਹਾ, ਇੰਨਾ ਸੋਹਣਾ ਬਣਾ ਰਿਹਾ ਆਪਣੇ ਆਪ ਨੂੰ, ਪਰ ਇਹ ਸਰੀਰ ਅਖੀਰ ਵਿੱਚ ਇੱਥੇ ਰਹਿ ਜਾਣਾ। ਉਹ ਅੰਦਰਲੇ ਮਨ ਨੂੰ ਡਿਵੈਲਪਮੈਂਟ ਕਰਨ ਦੀ ਗੱਲ ਹੈ, ਕਿਉਂਕਿ ਸਾਰੀ ਦੀ ਸਾਰੀ ਜੇ ਆਪਾਂ ਪਰਸਨੈਲਿਟੀ ਨੂੰ ਤੁਸੀਂ ਕਲਾਸੀਫਾਈ ਕਰੋ ਨਾ, ਤਾਂ ਉਹਦੇ ਚਾਰ ਕਲਾਸੀਫਿਕੇਸ਼ਨਸ ਬਣਦੇ ਨੇ। ਫਿਜੀਕਲ ਪਰਸਨੈਲਿਟੀ, ਯੋਰ ਆਊਟਲੁੱਕ, ਬੰਦਾ ਵੇਖਣ ਨੂੰ ਕਿਹੋ ਜਿਹਾ ਹੈ, ਕੱਦ ਕਿਹੋ ਜਿਹਾ ਹੈ।
ਇਸ ਤੋਂ ਅੱਗੇ ਤਿੰਨ ਜਿਹੜੇ ਹੋਰ ਹਿੱਸੇ ਨੇ ਉਹ ਹੈ ਮੈਂਟਲ ਪਰਸਨੈਲਿਟੀ, ਮਾਨਸਿਕ ਪਰਸਨੈਲਿਟੀ ਕਿਹੋ ਜਿਹੀ, ਅੱਗੇ ਹੈ ਸਪਿਰਿਚੁਅਲ, ਸਪਿਰਿਟ ਵਾਈਜ਼ ਕਿਵੇਂ ਹੈ, ਸਪਿਰਿਟ ਕਿਵੇਂ ਹੈ। ਹੋ ਸਕਦਾ ਮੈਂਟਲੀ ਬੰਦਾ ਬੜਾ ਇੰਟੈਲੀਜੈਂਟ ਆ ਪਰ ਸਪਿਰਿਟ ਹਮੇਸ਼ਾ ਢਹਿੰਦੀ ਕਲਾ 'ਚ, ਸਪਿਰਿਟ ਵਾਈਜ਼ ਹਮੇਸ਼ਾ ਜਿਹੜਾ ਨੈਗੇਟਿਵ ਹੀ ਸੋਚਦਾ, ਡੈਸਪਰੇਸ਼ਨ ਵਾਲੀ ਗੱਲ ਕਰਦਾ। ਅਤੇ ਤੀਸਰੀ ਹੈ ਫਿਰ ਮੋਰਲ ਪਰਸਨੈਲਿਟੀ, ਇੰਟੈਲੀਜੈਂਟ ਵੀ ਹੈ, ਸਪਿਰਿਟ ਵੀ ਬੜੀ ਹਾਈ ਹੈ ਪਰ ਮੋਰਲੀ ਠੀਕ ਨਹੀਂ ਹੈ। ਸੋ ਗੁਰਬਾਣੀ ਨੇ ਇਹਨਾਂ ਸਾਰੇ ਹਿੱਸਿਆਂ ਬਾਰੇ ਗੱਲ ਕੀਤੀ ਅਤੇ ਜ਼ਿਆਦਾਤਰ ਤੁਸੀਂ ਵੇਖੋਗੇ ਬਾਹਰ ਬਾਰੇ ਸ਼ਾਇਦ ਹੀ ਕਿਤੇ ਮਤਲਬ ਇੰਡੀਕੇਸ਼ਨ ਹੋਵੇ ਨਹੀਂ, ਅਤੇ ਬਾਹਰ ਦੀ ਪਰਸਨੈਲਿਟੀ ਬਾਰੇ ਜਦੋਂ ਗੱਲ ਕਰਦੇ ਉਹ ਕਹਿੰਦੇ ਨੇ ਬਾਹਰ ਤਾਂ ਬੜਾ ਪੱਗ ਸੋਹਣੀ ਬੰਨਦਾ ਹੈ, ਬਾਹਰ ਬੜਾ ਸਜਾ ਕੇ ਰੱਖਦਾ ਹੈ, ਬਾਹਰ ਬੜੇ ਕੋਸਮੈਟਿਕ ਵਰਤਦਾ ਹੈ, ਪਰ ਇਹ ਸਾਥ ਨਿਭਣ ਵਾਲੇ ਨਹੀਂ। ਜਦੋਂ ਗੁਰੂ ਨਾਨਕ ਸਾਹਿਬ ਸੱਜਣ ਨੂੰ ਮੁਖਾਤਬ ਹੁੰਦੇ ਨੇ ਨਾ ਤਾਂ ਉਹ ਬੜਾ ਪਿਆਰਾ ਸ਼ਬਦ ਉਚਾਰਨ ਕਰਦੇ ਨੇ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ। ਅਸੀਂ ਕਈ ਵਾਰ ਬਾਣੀ ਨੂੰ ਬਹੁਤਾ ਕਰਕੇ ਨਾ ਫਿਊਚਰ ਲਾਈਫ ਵਿੱਚ ਲੈ ਜਾਂਦੇ ਹਾਂ, ਇਹਨੂੰ ਵਰਤਮਾਨ ਵਿੱਚ ਯੂਜ਼ ਕਰਕੇ ਵੇਖੋ ਅਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਹੜੇ ਮਨੁੱਖ ਦੇ ਦੈਵੀ ਗੁਣ ਨੇ ਨਾ ਵਰਚਿਊਸ, ਇਹ ਅਸਲੀ ਸੱਜਣ ਨੇ, ਇਹ ਜ਼ਿੰਦਗੀ 'ਚ ਨਿਭਦੇ ਨੇ। ਲੇਖਾ ਮੰਗੀਏ, ਜ਼ਿੰਦਗੀ ਵਿੱਚ ਰੋਜ਼ ਲੇਖਾ ਮੰਗਿਆ ਜਾਂਦਾ ਹੈ, ਜਦੋਂ ਤੁਸੀਂ ਆਪਣੀ ਫੈਮਿਲੀਜ਼, ਆਪਣੇ ਬੱਚਿਆਂ, ਆਪਣੇ ਪਰਿਵਾਰ, ਆਪਣੇ ਸਪਾਊਸਿਸ ਨਾਲ ਵਰਤਦੇ ਹੋ, ਡੀਲ ਕਰਦੇ ਹੋ, ਇਹ ਲੇਖਾ ਮੰਗਿਆ ਜਾ ਰਿਹਾ, ਉਹ ਤੁਹਾਡੇ ਤੋਂ ਐਕਸਪੈਕਟ ਕਰਦੇ ਨੇ, ਕੁਝ ਲੇਖਾ ਮੰਗ ਰਹੇ ਨੇ। ਉਹ ਗੁਣ ਗੁਰੂ ਸਾਹਿਬ ਕਹਿੰਦੇ ਸੱਜਣਾ ਉਹ ਨੇ ਅਸਲੀ ਸੱਜਣ, ਜਿਹੜੇ ਜੇ ਜ਼ਿੰਦਗੀ ਵਿੱਚ ਪਰਸਨੈਲਿਟੀ ਵਿੱਚ ਲਾਈਫ ਵਿੱਚ ਹੋਣ ਅਤੇ ਜ਼ਿੰਦਗੀ ਵਿੱਚ ਜਿੱਥੇ ਇਹੋ ਜਿਹੇ ਪ੍ਰੋਬਲਮਸ ਆਉਂਦੀਆਂ ਨੇ, ਓਬਸਟੀਕਲਸ ਆਉਂਦੀਆਂ ਨੇ, ਡੀਲਿੰਗਸ ਆਉਂਦੀ ਹੈ, ਕਿਵੇਂ ਫੇਸ ਕਰਨਾ, ਕਿਵੇਂ ਇੱਥੇ ਨਿਭਣਾ, ਉੱਥੇ ਸਾਥ ਦੇਣ, ਉੱਥੇ ਕੰਮ ਆਉਣ। ਜੇ ਧੀਰਜ ਹੈ, ਇਹ ਧੀਰਜ ਇੱਕ ਐਸਾ ਗੁਣ ਹੈ, ਪੇਸ਼ੈਂਸ, ਜਿਹੜਾ ਸਾਡੇ ਫੈਮਿਲੀ ਦੇ ਬਹੁਤੇ ਮਾਮਲਿਆਂ ਨੂੰ ਸੁਲਝਾ ਸਕਦਾ ਹੈ। ਹਸਬੈਂਡ ਵਾਈਫ ਦੀ ਪ੍ਰੋਬਲਮ ਕੀ ਹੁੰਦੀ ਹੈ, ਕਿਸੇ ਨੇ ਮਾੜਾ ਜਿਹਾ ਕਿਹਾ, ਅੱਗੋਂ ਕੋਈ ਸੁਣਨ ਲਈ ਤਿਆਰ ਨਹੀਂ, ਭਾਵੇਂ ਠੀਕ ਹੋਵੇ ਜਾਂ ਗਲਤ ਹੋਵੇ, ਲਓ ਗੱਲ ਮਾੜੀ ਸੀ, ਤੁਸੀਂ ਕਈ ਵਾਰ ਪੁੱਛ ਕੇ ਵੇਖੋ, ਪਤਾ ਲੱਗਦਾ ਹੈ ਵੀ ਕੀ ਹੋਇਆ ਜੀ, ਅਤੇ ਕੋ ਮੈਂ ਨਹੀਂ ਅੱਜ ਤੱਕ ਵੇਖਿਆ ਵੀ ਕੋਈ ਬਹੁਤੀ ਗੱਲ ਨਹੀਂ ਹੋਈ ਕੋਈ, ਉਹ ਆਪੇ ਕਹਿਣਗੇ ਜੀ ਗੱਲ ਤਾਂ ਕੁਛ ਵੀ ਨਹੀਂ, ਐਵੇਂ ਮਾੜੀ ਸੀ ਗੱਲ ਸੀ, ਅਤੇ ਫਿਰ ਕੀ ਪ੍ਰੋਬਲਮ ਹੋ ਗਈ, ਕਿਉਂਕਿ ਧੀਰਜ ਨਹੀਂ, ਪੇਸ਼ੈਂਸ ਨਹੀਂ, ਕਿਸੇ ਦੀ ਗੱਲ ਅਸੀਂ ਕਿਵੇਂ ਸੁਣ ਲਈਏ, ਸੁਣ ਨਹੀਂ ਸਕਦੇ। ਅਤੇ ਸਿਆਣੇ ਕਹਿੰਦੇ ਨੇ ਜੇ ਦੋਵਾਂ ਵਿੱਚੋਂ ਇੱਕ ਵੀ ਪੇਸ਼ੈਂਸ ਰੱਖਣ ਵਾਲਾ ਹੋਵੇ, ਧੀਰਜਵਾਨ ਹੋਵੇ, ਟੋਲਰੇਟ ਹੋਵੇ ਨਾ, ਤਾਂ ਕੋਈ ਗੱਲ ਨਹੀਂ। ਕਈ ਵਾਰ ਬੰਦਾ ਐਵੇਂ ਗੁੱਸੇ 'ਚ ਗੱਲ ਕਹਿ ਜਾਂਦਾ, ਉਹੀ ਮਨੁੱਖ ਤੁਸੀਂ ਆਪ ਹੀ ਵੇਖੋ, ਕਈ ਵਾਰ ਅਗਲੇ ਦਿਨ ਵੇਖੋ ਸੋਚ ਕੇ, ਤੁਸੀਂ ਬਦਲੇ ਹੋਏ ਹੁੰਦੇ, ਤੁਸੀਂ ਕਹਿੰਦੇ ਨਹੀਂ ਛੱਡੋ ਗੱਲ ਪੁਰਾਣੀ ਹੋ ਗਈ, ਉਹਨੂੰ ਰਹਿਣ ਦਿਓ। ਇਹ ਪਰਸਨੈਲਿਟੀ ਦੇ ਤੁਹਾਡੇ ਪਾਰਟਸ ਨੇ, ਦਿਸ ਇਜ਼ ਵਾਟ ਮੇਕਸ ਯੂਰ ਪਰਸਨੈਲਿਟੀ। ਗੁਰੂ ਸਾਹਿਬ ਬਾਣੀ ਵਿੱਚ ਫਿਜ਼ੀਕਲ ਪਰਸਨੈਲਿਟੀ ਦੀ ਆਪਾਂ ਜਦੋਂ ਗੱਲ ਕਰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਵੀ ਆਊਟਲੁੱਕ, ਬੰਦੇ ਦਾ ਅਪੀਅਰੈਂਸ ਕਿਸ ਤਰ੍ਹਾਂ ਹੈ, ਹੋਰ ਸਾਰਾ ਕੁਝ ਕਿਸ ਤਰ੍ਹਾਂ ਹੈ, ਇਹਦੇ ਬਾਰੇ ਆਨੰਦ ਸਾਹਿਬ ਵਿੱਚ ਬਹੁਤ ਖੂਬਸੂਰਤ ਪੰਕਤੀ ਆਉਂਦੀ ਹੈ, ਜਿਹੜੀ ਇੱਕ ਸਾਨੂੰ ਗਾਈਡ ਕਰਦੀ, ਦੱਸਦੀ ਹੈ, ਸਾਚੀ ਲਿਵੈ ਬਿਨ ਦੇ ਨਿਮਾਣੀ। ਮੈਂ ਬੇਨਤੀ ਕਰਾਂ, ਤੁਸੀਂ ਸਾਰੇ ਹੀ ਬੜੇ ਗੁਰਮੁਖ ਅਤੇ ਸਿਆਣੇ ਸੱਜਣ ਬੈਠੇ ਹੋ, ਸਾਡੇ ਨਾ ਸਿੱਖਾਂ ਵਿੱਚ ਅਸੀਂ ਇੱਕ ਬਹੁਤ ਗਲਤ ਰੀਤ ਅਸੀਂ ਪ੍ਰਚਲਿਤ ਕਰ ਲਈ ਹੈ, ਪਾਠ ਨੂੰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜਿਸ ਢੰਗ ਨਾਲ ਅਸੀਂ ਪੜ੍ਹ ਰਹੇ ਹਾਂ ਨਾ, ਆਈ ਐਮ ਸੋਰੀ ਟੂ ਸੇ, ਉਹ ਢੰਗ ਨਹੀਂ ਬਾਣੀ ਨੂੰ ਪੜ੍ਹਨ ਦਾ, ਅਸੀਂ ਟੋਟਲੀ ਕਰਮਕਾਂਡ ਬਣਾ ਦਿੱਤਾ। ਅਸੀਂ ਕਹਿੰਦੇ ਗੁਰਦੁਆਰਿਆਂ ਵਿੱਚ ਕਰਮਕਾਂਡ ਹੋ ਰਿਹਾ, ਅਸੀਂ ਘਰਾਂ 'ਚ ਵੀ ਇਹੋ ਕਰ ਰਹੇ ਹਾਂ। ਲੋਕ ਪੁੱਛਣਗੇ ਜੀ ਮਹੀਨੇ 'ਚ ਭੋਗ ਪਾ ਲਈਏ, ਦੋ ਮਹੀਨਿਆਂ 'ਚ ਪਾ ਲਈਏ, ਮੈਂ ਕਿਹਾ ਆਪਾਂ ਫਿਰ ਕੀ ਕਰਨਾ, ਉਸ ਤੋਂ ਬਾਅਦ ਭੋਗ ਪਾ ਕੇ ਫਿਰ ਕੀ ਕਰੋਗੇ, ਅਖੇ ਫਿਰ ਦੂਸਰਾ ਸ਼ੁਰੂ ਕਰ ਲਾਂਗੇ, ਅਤੇ ਮੈਂ ਕਿਹਾ ਹੌਲੀ ਹੌਲੀ ਕਰੋ, ਆਰਾਮ ਨਾ ਕਰੋ, ਇੱਕ ਭੋਗ ਪਾ ਕੇ ਫਿਰ ਕੀ ਕਰਨਾ ਅੱਗੇ, ਅਤੇ ਜੇ ਉਹ ਹੀ ਕੁਝ ਕਰਨਾ ਹੈ ਤਾਂ ਫਿਰ ਸਮਝੋ ਗੱਲ ਨੂੰ। ਇਟ ਡਜ਼ਨਟ ਮੈਟਰ ਵੀ ਕਿੰਨੇ ਭੋਗ ਪਾਏ ਨੇ, ਕਿੰਨੀ ਵਾਰਾਂ ਪਾਏ ਨੇ, ਇਹਦਾ ਕੋਈ ਇਹਦਾ ਰਿਵਾਰਡ ਨਹੀਂ ਹੈ। ਰਿਵਾਰਡ ਇਹ ਹੈ ਕਿ ਬਾਣੀ ਨੂੰ ਪੜ੍ਹੋ ਅਤੇ ਗੁਰਬਾਣੀ ਬਣੀਏ, ਤਾਂ ਕੁਛ ਇੰਪ੍ਰੈਸ਼ਨ, ਕੁਝ ਇੰਪੈਕਟ, ਕੁਝ ਇੱਕ ਇਹ ਮਨ ਦੇ ਉੱਤੇ ਅਸਰ ਕਰੇ, ਕਿਉਂਕਿ ਉਹ ਤਾਂ ਹੈ ਹੀ ਇਹਦੇ ਵਾਸਤੇ। ਸ਼ਬਦ ਗੁਰੂ ਸਾਡੀ ਸੁਰਤ ਵਾਸਤੇ ਹੈ, ਸਾਡੇ ਮਨ ਵਾਸਤੇ ਹੈ।
ਇਹ ਪੰਕਤੀ ਹੁਣ ਵੇਖੋ ਪੜ੍ਹੀ ਹੋਣੀ ਆਪਾਂ ਰੋਜ਼, ਪਰ ਜੇ ਸੋਚੋ ਤਾਂ ਮੈਂ ਸਮਝਦਾ ਇੰਨੀ ਅੱਧੀ ਪੰਕਤੀ ਹੀ ਬੜੀ ਖੂਬਸੂਰਤ ਹੈ। ਸਾਚੀ ਲਿਵੈ ਬਿਨ ਦੇ ਨਿਮਾਣੀ, ਨਿਮਾਣੀਆਂ ਦੇ ਕੋਈ ਮਾਣ ਨਹੀਂ, ਕੋਈ ਵੈਲਿਊ ਨਹੀਂ, ਕੋਈ ਵਰਥ ਨਹੀਂ ਇਹਦੀ। ਇਹ ਦੇਹ ਲਾਈਫ ਸਰੀਰ, ਇਹ ਜਿਹੜਾ ਸਰੀਰ ਹੈ ਜਿੰਨਾ ਮਰਜ਼ੀ ਸਜਾ ਲਓ, ਜੇ ਅੰਦਰ ਸੱਚੀ ਲਿਵ ਨਹੀਂ ਇਹਨੂੰ ਲੱਗਦੀ, ਅਤੇ ਸੱਚੀ ਲਿਵ ਦਾ ਮਤਲਬ ਸਿਰਫ ਇਹੋ ਹੀ ਨਹੀਂ ਹੁੰਦਾ ਵੀ ਮਨੁੱਖ ਜਿਹੜਾ ਗੁਰਦੁਆਰੇ ਜ਼ਿਆਦਾ ਜਾਣ ਲੱਗ ਪਵੇ ਜਾਂ ਪਾਠ ਕਰ ਲ, ਅਸੀਂ ਮਤਲਬ ਫਿਰ ਉਹਨੂੰ ਐਕਸਟਰਨਲ ਚਲੇ ਜਾਂਦੇ, ਬਾਹਰੋਂ ਅਸੀਂ ਆਪਣੇ ਆਪ ਨੂੰ ਮੋਲਡ ਕਰ ਲੈਂਦੇ ਹਾਂ ਪਰ ਅੰਦਰੋਂ ਮੋਲਡ ਨਹੀਂ ਕਰਦੇ। ਸੱਚੀ ਲਿਵ ਦਾ ਮਤਲਬ ਸੱਚ ਨਾਲ ਲਿਵ ਲੱਗ ਜਾਏ, ਸੱਚੇ ਵਾਹਿਗੁਰੂ ਨਾਲ ਲਿਵ ਲੱਗ ਜਾਏ। ਫਿਰ ਉਹਦੀ ਇੰਪਲੀਕੇਸ਼ਨ ਕੀ ਬਣਦੀ ਹੈ? ਸੱਚਾ ਵਾਹਿਗੁਰੂ ਕਿੱਥੇ ਵੱਸਦਾ ਹੈ? ਇਹ ਜੱਗ ਸੱਚੇ ਕੀ ਹੈ ਕੋਠੜੀ। ਫਿਰ ਮੇਰੀ ਡੀਲਿੰਗ, ਮੇਰਾ ਮੇਰੀ ਰਿਲੇਸ਼ਨਸ਼ਿਪ, ਮੈਂ ਜਦੋਂ ਲੋਕਾਂ ਨਾਲ ਗੱਲ ਕਰਦਾ, ਮੈਂ ਜਦੋਂ ਵਰਤਦਾ ਹੈ, ਜੈ ਜਦੋਂ ਮੈਂ ਮਿਲਦਾ ਉਹਨਾਂ ਦੇ ਨਾਲ, ਸੱਚਾ ਵਾਹਿਗੁਰੂ ਵੱਸਦਾ ਉਹਨਾਂ ਵਿੱਚ, ਅਤੇ ਮੇਰੀ ਲਿਵ ਉਸ ਸੱਚੇ ਨਾਲ ਲੱਗੀ ਹੋਈ ਹੈ। ਵੀ ਨੀਡ ਟੂ ਅੰਡਰਸਟੈਂਡ ਦੈਨ। ਸੱਚੀ ਲਿਵ ਦਾ ਮਤਲਬ ਹੈ ਵੀ ਅੰਦਰੋਂ ਮਨ ਦੀ ਬਿਰਤੀ, ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸਾਂ, ਲੀਨਿੰਗ, ਟੈਂਡੈਂਸੀ ਆਫ ਯੋਰ ਮਾਇੰਡ, ਵਟ ਹੈਪਨਸ, ਯੂ ਨੋ, ਆਪਾਂ ਪਾਠ ਕਰਦੇ ਹਾਂ, ਸਭ ਕੁਛ ਕਰਦੇ ਹਾਂ, ਬਾਹਰੋਂ ਬਾਹਰੋਂ ਕਰ ਰਹੇ ਹਾਂ, ਅੰਦਰੋਂ ਮਨ ਜਿੱਥੇ ਹੈ ਅਸੀਂ ਉੱਥੇ ਹੀ ਖਲੋਤਾ ਹੁੰਦਾ, ਕਦੀ ਵੇਖਿਓ ਕੋਸ਼ਿਸ਼ ਕਰਕੇ, ਸਗੋਂ ਹੋਰ ਰਿਜਿਡ ਹੋ ਜਾਂਦਾ, ਹੋਰ ਐਰੋਗੈਂਟ ਹੋ ਜਾਂਦਾ ਹੈ। ਅਸੀਂ ਅਜ਼ਿਊਮ ਕਰ ਲੈਂਦੇ ਹਾਂ ਉਹ ਫਲਾਣਾ ਪਾਠ ਹੀ ਨਹੀਂ ਕਰਦਾ, ਮੈਂ ਤਾਂ ਇੰਨੇ ਸਾਲਾਂ ਦਾ ਕਰ ਰਿਹਾ, ਜਦਕਿ ਜੇ ਦੋਵਾਂ ਨੂੰ ਤੋਲਣ ਦੀ ਕਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਵੇਖੋਗੇ ਵੀ ਮੈਂ ਅਜੇ ਵੀ ਥੱਲੇ ਹੀ ਹਾਂ। ਕਰਮੀ ਕਰਮੀ ਹੋਏ ਵਿਚਾਰ, ਅਸੈਸਮੈਂਟ ਤਾਂ ਉੱਥੇ ਵੇ ਨਾ। ਸੋ ਇਹ ਪਾਠ ਕਰਕੇ ਸਾਚੀ ਲਿਵ ਦਾ ਮਤਲਬ ਵੀ ਬੰਦੇ ਦੀ ਬਿਰਤੀ ਬਦਲੀ ਹੈ ਕਿ ਨਹੀਂ? ਪਾਠ ਕਰਕੇ, ਬਾਣੀ ਪੜ੍ਹ ਕੇ, ਸਭ ਕੁਛ ਕਰਕੇ ਬਿਰਤੀ ਅਜੇ ਵੀ ਚੰਚਲ ਹੀ ਹੈ, ਬਿਰਤੀ ਅਜੇ ਵੀ ਲਾਲਚੀ ਹੈ, ਬਿਰਤੀ ਅਜੇ ਵੀ ਝਗੜਾਲੂ ਹੈ, ਬਿਰਤੀ ਅਜੇ ਵੀ ਹੰਕਾਰੀ ਹੈ, ਬਿਰਤੀ ਅਜੇ ਵੀ ਨੈਗੇਟਿਵ ਹੈ। ਅਕਸਰ ਮੈਂ ਵੇਖਿਆ ਅਸੀਂ ਇੰਨੇ ਨੈਗੇਟਿਵ ਅੱਜ ਕੱਲ੍ਹ ਹੋ ਗਏ ਹਾਂ, ਪੁੱਛੋ, ਸਭ ਕੁਛ ਹੁੰਦਿਆਂ ਸੁਣਦਿਆਂ ਅਸੀਂ ਇਹ ਮਹਿਸੂਸ ਕਰ ਰਹੇ ਹਾਂ, ਆਊਟ ਆਫ ਜੈਲਸੀ, ਆਊਟ ਆਫ ਹੇਟਰੇਡ, ਆਊਟ ਆਫ ਦਿਸ, ਆਊਟ ਆਫ ਦੈਟ, ਵੀ ਹੈਵ ਨਥਿੰਗ ਇਨ ਲਾਈਫ। ਇਹ ਬਿਰਤੀ ਦੀ ਗੱਲ ਹੈ, ਇਹ ਫਿਰ ਸੱਚੀ ਲਿਵ ਥੋੜ੍ਹੀ ਲੱਗੀ ਹੈ। ਉਹ ਕਹਿੰਦੇ ਕਿਸੇ ਵਿਦਵਾਨ ਨੇ ਕਿਹਾ ਵੀ ਜਿਹੜਾ ਆਸਤਕ ਮਨੁੱਖ ਹੈ ਨਾ, ਜੇ ਉਹ ਜ਼ਿੰਦਗੀ 'ਚ ਡਰਦਾ, ਜੇ ਉਹ ਚਿੰਤਾ ਕਰਦਾ, ਤਾਂ ਉਹ ਕਦਾਚਿਤ ਆਸਤਿਕ ਨਹੀਂ ਹੈ। ਉਹ ਕਹਿੰਦਾ ਆਸਤਿਕ ਹੋਣ ਦੀ ਪਹਿਲੀ ਨਿਸ਼ਾਨੀ ਇਹ ਹੈ ਕਿ ਤੁਹਾਡੀ ਜ਼ਿੰਦਗੀ ਦੇ ਸਾਰੇ ਡਰ ਅਤੇ ਚਿੰਤਾ ਖਤਮ ਹੋ ਜਾਣੇ ਚਾਹੀਦੇ, ਕਿਉਂਕਿ ਯੂ ਹੈਵ ਸਟਾਰਟਿਡ ਬਿਲੀਵਿੰਗ ਇਨ ਦੀ ਡਿਵਾਈਨ, ਹੂ ਇਜ਼ ਆਲ ਪਾਵਰਫੁਲ ਯੂ ਸੇ, ਹੂ ਇਜ਼ ਆਲ ਇਨ ਆਲ ਯੂ ਸੇ, ਪਰਮਾਤਮਾ ਤੋਂ ਵੱਡਾ ਵੀ ਕੋਈ ਹੈਗਾ? ਕਹੋ ਕਬੀਰ ਖੋਜੋ ਅਸਮਾਨ, ਅਸਮਾਨ ਵੀ ਜੇ ਲੱਭ ਲਵਾਂ, ਰਾਮ ਸਮਾਨ ਨਾ ਦੇਖੋ ਆਨ, ਫਿਰ ਹੋਰ ਕੀ ਲੱਭਦੇ ਹੋ? ਉਹਦੇ ਹੋ ਕੇ, ਉਸਨੂੰ ਮੱਥਾ ਟੇਕ ਕੇ, ਉਹਦਾ ਪਾਠ ਕਰਕੇ ਅਜੇ ਵੀ ਚਿੰਤਾ, ਅਜੇ ਵੀ ਘਬਰਾਹਟ, ਅਜੇ ਵੀ ਡਰ, ਭਾਵੇਂ ਉਹ ਫਿਊਚਰ ਦਾ ਹੋਵੇ ਅਤੇ ਭਾਵੇਂ ਨੈਕਸਟ ਲਾਈਫ ਦਾ ਹੋਵੇ। ਇਹ ਸੱਚੀ ਲੇਵ ਹੈ। ਅਤੇ ਗੁਰੂ ਸਾਹਿਬ ਕਹਿੰਦੇ ਇਹ ਅੰਦਰੋਂ ਮਨ ਦੀ ਬਿਰਤੀ ਟੈਂਡੈਂਸੀ, ਜਿੰਨਾ ਚਿਰ ਸੱਚੇ ਵੱਲ ਨੂੰ, ਸੱਚ ਵੱਲ ਨੂੰ, ਸੱਚ ਨੂੰ ਨਾ ਜਦੋਂ ਅਸੀਂ ਡੀਕੋਡ ਕਰਦੇ ਹਾਂ, ਸੱਚਾ ਵਾਹਿਗੁਰੂ ਅਤੇ ਸੱਚ ਟਰੁੱਥ ਹੈ ਨਾ, ਸੱਚ, ਸੱਚ ਦੇ ਵਿੱਚ ਸਾਰੀਆਂ ਵਰਚਿਊਜ਼ ਆ ਜਾਂਦੀਆਂ, ਕਿਵ ਸਚਿਆਰਾ ਹੋਈ ਹੈ ਉਹ ਵਾਲੀਆਂ। ਇਹ ਮਨ ਦੀ ਲੀਨਿੰਗ ਉਸ ਪਾਸੇ ਵੱਲ ਹੋ ਗਈ, ਹੁਣ ਸੱਚੀ ਲਿਵੇ ਬਨ, ਉੱਧਰ ਦੀ ਲਿਵ ਮੈਨੂੰ ਲੱਗ ਗਈ ਹੈ, ਮੈਂ ਆਪਣੇ ਆਪ ਨੂੰ ਸਚਿਆਰਾ ਬਣਾਉਣਾ ਚਾਹੁੰਦਾ ਹਾਂ, ਮੇਰੀ ਲਾਈਫ ਦੀ ਸਾਰੀ ਹੁਣ ਫੋਕਸ ਇੱਧਰ ਹੋ ਗਈ ਹੈ। ਬਾਬੇ ਫਰੀਦ ਦੇ ਬਚਨਾਂ ਵਿੱਚ, ਆਪ ਸਵਾਰ ਹੈ ਮੈਂ ਮਿਲੇ, ਆਪਣੇ ਆਪ ਨੂੰ ਸਵਾਰਨਾ। ਅਸੀਂ ਕੰਮ ਤਾਂ ਕਰ ਰਹੇ ਹਾਂ ਜਿਨ੍ਹਾਂ ਕੰਮਾਂ ਨੇ ਸਾਨੂੰ ਸਵਾਰਨਾ ਹੈ, ਪਰ ਉੱਥੇ ਵੇਖਣ ਦੀ ਲੋੜ ਹੈ ਆਪਾਂ ਸਵਰ ਰਿਹਾ ਕਿ ਨਹੀਂ ਸਵਰ ਰਿਹਾ। ਇੱਕ ਹੋਰ ਪੰਕਤੀ ਗੁਰੂ ਸਾਹਿਬ ਬਹੁਤ ਸਾਚੀ ਲਿਵੇ ਬਿਨ ਦੇਹ ਨਿਮਾਣੀ ਨੂੰ ਇੱਦਾਂ ਸਮਝੋ ਵੀ ਹੋਰ ਸਿੰਪਲ ਸ਼ਬਦਾਂ 'ਚ ਡਿਫਾਈਨ ਕਰਦੇ ਨੇ, ਅਤੇ ਲਿਖਦੇ ਨੇ ਗੁਣ ਅੰਤਰ ਨਾਹੀ ਕਿਉਂ ਸੁੱਖ ਪਾਵੈ। ਸੁੱਖ ਲੱਭਦੇ ਹੋ ਪਰ ਗੁਣ ਨਹੀਂ ਅੰਦਰ, ਬਾਹਰ ਦੀ ਪਰਸਨੈਲਿਟੀ ਤਾਂ ਬਹੁਤ ਵਧੀਆ ਹੈ। ਜਿਵੇਂ ਵੀਰ ਜੀ ਨੇ ਕਿਹਾ ਵੀ ਕਿਸੇ ਕਲਾ ਨੂੰ, ਸਕਿੱਲ ਨੂੰ ਨਾ ਸਾਨੂੰ ਪਿਆਰ ਹੈ, ਨਾ ਵੇਖਣ ਦੀ ਜਾਂਚ ਹੈ, ਉਹ ਗੱਲ ਬਣੀ ਨਹੀਂ।
ਅਤੇ ਗੁਰੂਆਂ ਵੱਲ ਮੈਂ ਵੇਖਦਾ ਹੈਰਾਨ ਹੁੰਦਾ ਵੀ ਗੁਰੂ ਸਾਹਿਬ ਦਾ ਵਿਜ਼ਨ ਵੇਖੋ, 600-500 ਸਾਲ ਪਹਿਲੋਂ ਉਹ ਇਸ ਇੰਡੀਅਨ ਲੋਕਾਂ ਨੂੰ ਸਾਨੂੰ ਕੀ ਦੇ ਰਹੇ ਨੇ? ਡਿਵਾਈਨ ਪੋਇਟਰੀ ਦੇ ਰਹੇ ਨੇ, ਡਿਵਾਈਨ ਮਿਊਜ਼ਿਕ ਦੇ ਰਹੇ ਨੇ, ਉਹਦੇ ਵਿੱਚ ਵਿਜ਼ਡਮ ਪਰੋ ਕੇ ਦੇ ਰਹੇ ਨੇ। ਅਸੀਂ ਲੋਕਾਂ ਨੇ ਐਪਰੀਸ਼ੀਏਟ ਹੀ ਨਹੀਂ ਕੀਤੀ ਉਹ ਗੱਲ। ਸਾਨੂੰ ਕਿੰਨਿਆਂ ਨੂੰ ਪੋਇਟਰੀ ਬਾਰੇ ਪਤਾ ਵੀ ਕੀ ਹੁੰਦੀ ਹੈ, ਕਿੰਨਿਆਂ ਨੂੰ ਮਿਊਜ਼ਿਕ ਦੀ ਐਪਰੀਸ਼ੀਏਸ਼ਨ ਬਾਰੇ ਪਤਾ ਸਾਨੂੰ, ਰਾਗ ਕੀ ਹੁੰਦੇ ਨੇ? ਨਹੀਂ, ਅਸੀਂ ਕੰਨ ਰਸ, ਕੰਨ ਦੇ ਲੈਵਲ ਤੱਕ ਜਾਂ ਬਸ ਉੱਪਰੋਂ ਉੱਪਰੋਂ ਅਸੀਂ ਉਹਨੂੰ ਮਤਲਬ ਰਿਚੁਅਲਿਸਟਿਕ ਲੈਵਲ 'ਤੇ ਕਰ ਰਹੇ ਹਾਂ, ਸੁਣ ਰਹੇ ਹਾਂ, ਸਭ ਕੁਛ ਹੋ ਰਿਹਾ, ਉਹ ਸੁਰਤ ਦੇ ਲੈਵਲ ਤੱਕ ਪਹੁੰਚ ਨਹੀਂ ਕਰ ਰਹੀ ਗੱਲ। ਅਤੇ ਗੁਰੂ ਸਾਹਿਬ ਕਹਿੰਦੇ ਗੁਣ ਅੰਤਰ ਨਾ ਹੀ, ਅੰਦਰ ਗੁਣ ਕੋਈ ਨਹੀਂ, ਮੁੰਦੇ ਗੁਣਹੀਣੀ ਸੁੱਖ ਕਿਹੇ, ਸੁੱਖ ਲੱਭਦੀ ਹੈ, ਗੁਣ ਨਹੀਂ ਸੁੱਖ ਨਹੀਂ ਮਿਲ ਸਕਦਾ, ਮੁੰਦੇ ਗੁਣ ਦਾਸੀ ਸੁੱਖ ਹੋਏ। ਬੜੀ ਖੂਬਸੂਰਤ ਲਾਈਨ ਹੈ। ਅਸੀਂ ਸੋਚਦੇ ਬੰਦਿਆਂ ਦੇ ਦਾਸ ਬਣਨਾ, ਹਾਂਜੀ, ਪਰ ਇੱਥੇ ਲਿਖਿਆ ਗੁਣ ਦਾਸੀ, ਗੁਣਾਂ ਦੀ ਦਾਸ ਬਣ ਜਾ, ਗੁਣਾਂ ਨੂੰ ਆਪਣੇ ਅੰਦਰ ਵਸਾ। ਰੱਬ ਦੀ ਪੂਜਾ ਰੱਬ ਦੇ ਗੁਣਾਂ ਦੀ ਪੂਜਾ ਹੁੰਦੀ ਹੈ, ਰੱਬ ਦਾ ਸਿਮਰਨ ਰੱਬ ਦੇ ਡਿਵਾਈਨ ਗੁਣਾਂ ਦੀ ਪੂਜਾ ਹੈ, ਉਹਦਾ ਸਿਮਰਨ ਹੈ। ਤਾਂ ਹੀ ਬਾਬਾ ਫਰੀਦ ਕਹਿੰਦੇ ਨੇ ਪਰਮਾਤਮਾ ਵੇਖੋ ਕਿੰਨਾ ਸਾਨੂੰ, ਸਭ ਤੋਂ ਵੱਡਾ ਗੁਣ ਹੈ ਉਹਦਾ ਫਗਵਿੰਗ। ਜਰਾ ਸੋਚ ਕੇ ਵੇਖੋ, ਮੈਂ ਕਈ ਵਾਰ ਸੋਚਦਾ ਹਾਂ, ਕਈ ਕਲਾਸ ਵਿੱਚ ਮੈਂ ਸ਼ੇਅਰ ਕਰਦਾ ਹੁੰਦਾ ਵੀ ਸਪੋਜ਼ ਇੱਕ ਦਿਨ ਰੱਬ ਤੁਹਾਨੂੰ ਆਖੇ ਵੀ ਅੱਜ ਮੈਂ ਸਾਰਾ ਦਿਨ ਤੁਹਾਡੇ ਨਾਲ ਨਾਲ ਪਿੱਛੇ ਪਿੱਛੇ ਰਹਾਂਗਾ, ਆਈ ਵਿਲ ਵਾਚ, ਵੀ ਕੀ ਕਰਦੇ ਹੋ ਤੁਸੀਂ, ਅਤੇ ਕੀ ਹੋਏਗਾ? ਜੇ ਤਾਂ ਅਸੀਂ ਅਵੇਅਰ ਹਾਂ, ਚੇਤੇ ਰੱਖਾਂਗੇ, ਫਿਰ ਤਾਂ ਤੁਸੀਂ ਵੇਖੋ ਅਸੀਂ ਕਿੱਡਾ ਸੋਹਣਾ ਉਸ ਦਿਨ ਕਿੰਨਾ ਵਧੀਆ ਬੋਲਦੇ ਹਾਂ, ਕਿੰਨਾ ਸੋਹਣਾ ਕੰਮ ਕਰਦੇ ਹਾਂ, ਸਭ ਕੁਛ। ਅਤੇ ਜੇ ਅਵੇਅਰ ਨਹੀਂ, ਭੁੱਲ ਜਾਂਦੇ ਹਾਂ ਕਿ ਰੱਬ ਨੇ ਅੱਜ ਸਾਰਾ ਦਿਨ ਮੇਰੇ ਨਾਲ ਰਹਿਣਾ, ਅਤੇ ਫਿਰ ਕੀ ਹੋਏਗਾ? ਹਰ ਇੱਕ ਮਿੰਟ ਬਾਅਦ ਇੱਕ ਚਪੇੜ ਵੱਜੇਗੀ, ਇਹ ਕੀ ਕਰ ਰਹੇ ਹੋ? ਪਾਠ ਕਰਦਿਆਂ ਵੀ ਅਤੇ ਅਰਦਾਸ ਕਰਦਿਆਂ ਵੀ, ਕਿਉਂਕਿ ਰੱਬ ਪੁੱਛੇਗਾ, ਉਹ ਭਲਿਆ ਲੋਕਾਂ ਮੇਰੇ ਅੱਗੇ ਅਰਦਾਸ ਕਰ ਰਿਹਾ ਹੈ, ਤੇਰਾ ਮਨ ਕਿੱਥੇ ਵੇ? ਉਹ ਭਲਿਆ ਲੋਕਾਂ ਸਾਰੀ ਜਪਜੀ ਪੜ੍ਹ ਛੱਡੀਏ, ਮਨ ਕਿੱਥੇ ਫਿਰਦਾ ਹੈ? ਉਹ ਪੁੱਛੇਗਾ ਨਾ ਫਿਰ। ਸੋ ਤਾਂ ਹੀ ਬਾਬਾ ਕਬੀਰ ਕਹਿੰਦਾ ਵੀ ਰੱਬ ਦਾ ਗੁਣ ਹੈ ਵੀ ਵੇਖੋ ਸਾਨੂੰ ਸਾਡੇ ਸਾਰੇ ਗੁਣ ਔਗੁਣ ਵੇਖਦਾ ਹੈ, ਜਾਣਦਾ ਹੈ, ਮਾਫ਼ ਕਰੀ ਜਾਂਦਾ ਹੈ ਸਾਨੂੰ। ਤਾਂ ਹੀ ਸ਼ਾਇਦ ਬਾਬੇ ਫਰੀਦ ਨੇ ਲਿਖਿਆ ਸੀ ਜਹ ਖਿਮਾ ਤਹ ਆਪ, ਜਿੱਥੇ ਜਿਸ ਮਨੁੱਖ ਵਿੱਚ ਇਹ ਖਿਮਾ ਦਾ ਗੁਣ ਆ ਗਿਆ ਨਾ, ਉੱਥੇ ਪਰਮਾਤਮਾ ਆਪ ਵੱਸਦਾ ਹੈ। ਖਿਮਾ ਕੀ ਹੈ? ਹੁਣ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ, ਰੱਬ ਜਾਂ ਲੋਕ ਸਾਨੂੰ ਤਾਂ ਮਾਫ਼ ਕਰਦੇ ਰਹਿਣ ਸਾਡੀਆਂ ਗਲਤੀਆਂ, ਬੜੀ ਛੇਤੀ ਅਸੀਂ ਸੋਰੀ ਕਹਿ ਰਹੇ ਨੇ, ਪਰ ਆਪ ਆਪ ਨਹੀਂ, ਆਪ ਅਸੀਂ ਛੋਟੀਆਂ ਛੋਟੀਆਂ ਗੱਲਾਂ ਦੀਆਂ ਗੰਢਾਂ ਬੰਨ ਕੇ ਰੱਖ ਲੈਂਦੇ। ਕਹਿੰਦੇ ਨਹੀਂ, ਇਹ ਗੱਲ ਮੈਂ ਕਦੀ ਨਹੀਂ ਭੁੱਲ ਸਕਦਾ, ਇਸ ਬੰਦੇ ਨੂੰ ਕਦੀ ਮਾਫ਼ ਨਹੀਂ ਕਰ ਸਕਦਾ। ਫਿਰ ਸੁੱਖ ਲੱਭ ਦੇ ਨਾਲੇ, ਕਹਿੰਦੇ ਜੀ ਮਨ ਨਹੀਂ ਟਿਕਦਾ, ਮਨ ਕਿਵੇਂ ਟਿਕੇ? ਇਹ ਪਰਸਨੈਲਿਟੀ ਦੀ ਗੁਰੂ ਸਾਹਿਬ ਗੱਲ ਕਰਦੇ ਵੀ ਇਹ ਅੰਦਰੋਂ ਬਦਲ, ਅੰਦਰ ਗੁਣ ਆਪਣੇ ਅੰਦਰ ਲਿਆ, ਗੁਣ ਨਹੀਂ ਅੰਦਰ ਤਾਂ ਫਿਰ ਸੁੱਖ ਭਾਲਦਾ ਹੈ, ਇਹ ਮੁਸ਼ਕਲ ਹੈ।